ਮਾਛੀ ਬੁਗਰਾ ਹੀ ਆ, ਮਾਛੀ ਬੁਗਰਾ ਚੱਲਦਾ ਸੜਕ ਦੇ ਉੱਤੇ ਆ, ਬਿਲਕੁਲ ਜੀਟੀ ਰੋਡ ਦੇ ਕਬੱਡੀ 52 ਕਿਲੋ ਭਾਰ ਦਰਮਿਆਨ ਚੱਲਦਾ ਹੋਇਆ ਕਬੱਡੀ ਦਾ ਮੁਕਾਬਲਾ। ਠੀਕਰੀਵਾਲ ਤੇ ਦੂਸਰੀ ਜਿਹੜੀ ਟੀਮ ਆ ਭਾਗਤਾ ਭਾਈ ਦੀ ਜਿਹੜੀ ਟੀਮ ਖੇਤਾਂ ਵਾਲੀ ਸਾਈਡ ਹੈ ਤੇ ਦੂਸਰੇ ਬੰਨੇ ਜਿਹੜੀ ਟੀਮ ਹੈ ਠੀਕਰੀਵਾਲ ਦੀ ਹੈ। ਨਾਲ ਹੀ ਜਿਹੜੀਆਂ ਕਬੱਡੀ ਓਪਨ ਦੀਆਂ ਟੀਮਾਂ ਐਂਟਰ ਹੋਣ ਵੱਲੋਂ ਰਹਿੰਦੀਆਂ, ਕਿਰਪਾ ਕਰਕੇ ਉਹ ਟੀਮਾਂ ਐਂਟਰ ਹੋ ਜਾਣ ਤਾਂ ਕਿ ਇਸ ਮੈਚ ਤੋਂ ਬਾਅਦ ਅਸੀਂ ਤਾਈਆਂ ਜਿਹੜੀਆਂ ਕੱਢ ਟੀਮਾਂ ਦੇ ਮੁਕਾਬਲੇ ਸ਼ੁਰੂ ਕਰਵਾਵਾਂਗੇ। ਦੁਨੀਆ ਭਰ ਦੇ ਜਿਹੜੇ ਖਿਡਾਰੀ ਇਸ ਧਰਤੀ ਤੇ ਖੇਡ ਕੇ ਮਾਣ ਮਹਿਸੂਸ ਕਰਦੇ ਹੈ। ਅੱਜ ਪੰਜਾਬ ਦੇ ਕੋਨੇ ਕੋਨੇ ਚ ਖਿਡਾਰੀਆਂ ਨੇ ਪੁੱਜਣਾ, ਉਧਰਲੇ ਬੰਨੇ ਕਹਿੰਦੇ ਵੀ ਦੁਨੀਆ ਦੇ ਸੁਪਰ ਸਟਾਰ ਖਿਡਾਰੀ ਜਿਵੇਂ ਸਾਡੇ ਦਰਮਿਆਨ ਨਜ਼ਰੀ ਪੈਂਦੇ ਜਾ ਰਹੇ ਹੈ। ਚੋਲਾ ਸਾਹਿਬ ਦੀ ਧਰਤੀ ਦਾ ਸੁਪਨ ਆਪਣੀ ਟੀਮ ਨੂੰ ਲੈ ਕੇ ਪੁੱਜਿਆ, ਆਪਾਂ ਧੰਨਵਾਦ ਕਰਦੇ ਹਾਂ। ਉਧਰਲੇ ਬੰਨੇ ਕੁਲਵੰਤ ਸਿੰਘ ਦੀ ਕੋਚ ਜੋਗੇ ਵਾਲਾ, ਉਹ ਵੀ ਆਪਣੀ ਟੀਮ ਨੂੰ ਲੈ ਕੇ ਪੁੱਜਿਆ, ਜਿਸ ਟੀਮ ਦੇ ਵਿੱਚ ਮਾਝੇ ਦਾ ਮਹਾਨ ਖਿਡਾਰੀ ਫਰੰਦੀਪੁਰੀਆ ਗੋਪੀ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ। ਅੱਜ ਦੁਨੀਆ ਦੇ ਮਹਾਨ ਜਿਹੜੇ ਖਿਡਾਰੀ ਇਸ ਖੇਡ ਮੈਦਾਨ ਦੇ ਵਿੱਚ ਖੇਡਣਗੇ, ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਨਵਤੇਜ ਸਿੰਘ ਜੀ ਕੈਨੇਡਾ ਔਰ ਜਿਨ੍ਹਾਂ ਵੱਲੋਂ ਹੈਲੋ ਆ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਆ ਕਿ ਸਾਡੇ VIP ਰੋਟੀ ਸਟੇਡੀਅਮ ਦੇ ਵਿੱਚ ਲੱਗੀ ਆ, ਜਿਹੜੇ ਪਲੇਅਰ ਨੂੰ ਪ੍ਰਸ਼ਾਦਾ ਦੇਣਾ ਹੋਵੇ ਕਮੇਟੀ ਤੋਂ ਪਾਰਟੀ ਲੈ ਕੇ ਰੋਟੀ ਫਰਾਇਆ ਤਾਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਆ। ਹੈਲੋ ਆ ਬਈ ਸੰਤ ਬਾਬਾ ਜੋਰਾ ਸਿੰਘ ਜੀ ਵੱਲੋਂ ਇਹ 52 ਕਿਲੋ ਦਾ ਪਹਿਲਾ ਨਾਮ ਆ ਇਹਨਾਂ ਵੱਲੋਂ ਦਿੱਤਾ ਗਿਆ ਹੈ ਇਸ ਵਾਰ। ਅਗਲੇ ਸਾਲ ਵੀ ਉਹਨਾਂ ਨੇ ਅਨਾਊਂਸ ਕਰਤਾ ਵੀ ਜਿੰਨਾ ਵੀ ਤੁਸੀਂ ਇਨਾਮ 52 ਕਿਲੋ ਦਾ ਰੱਖੋਗੇ ਉਹ ਇਹਨਾਂ ਵੱਲੋਂ ਦਿੱਤਾ ਜਾਊਗਾ। ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਉਧਰਲੇ ਬੰਨੇ ਵੱਡੇ ਮਾਣ ਸਨਮਾਨ ਹਾਰਨਾਂ ਦੀ ਥੋੜੀ ਆਵਾਜ਼ ਸੈੱਟ ਕਰ ਦਿਓ ਜੀ, ਹਾਂਡਾ ਸਾਊਂਡ ਬੇਨਤੀ ਹੈ, ਹਾਂਡਾ ਸਾਊਂਡ ਮੇਰੀ ਹਾਰਨਾਂ ਦੀਆਂ ਥੋੜੀਆਂ ਚੀਕਾਂ ਕਢਾ ਦਿਓ, ਬੜੀ ਮਿਹਰਬਾਨੀ ਹੈ, ਬਹੁਤ ਪਿਆਰਾ ਉਧਰਲੇ ਬੰਨੇ ਦਾਨੀ ਸਜਣ ਵੀ ਵੱਡੇ ਮਾਨ ਸਨਮਾਨ ਭੇਜਦੇ ਹੈ। ਪੂਰੀ ਜਿਹੜੀ ਦੁਨੀਆ ਅੱਜ ਇਸ ਕਬੱਡੀ ਨਾਲ ਜੁੜੇਗੀ, ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਅੱਜ ਤੁਸੀਂ ਇਹ ਪੰਜਾਬ ਦੀ ਜਿਹੜੀ ਬੜੀ ਪਿਆਰੀ ਵੈਬਸਾਈਟ ਹੈ, ਤੁਸੀਂ ਵੱਖ ਵੱਖ ਕੰਟਰੀਆਂ ਵਿੱਚ ਬੈਠੇ ਵੀ ਇਸ ਕਬੱਡੀ ਦਾ ਆਨੰਦ ਮਾਣ ਸਕਦੇ ਹੋ। ਅਸੀਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ, ਸਾਡੇ ਇੰਦਰਜੀਤ ਹੋਰੀ, ਰੀਟੇ ਹੋਰੀ, ਗਗਨ ਹੋਰੀ, ਹੈਪੀ ਹੋਰੀ, ਪੂਰੀ ਜਿਹੜੀ ਟੀਮ ਉਹਨਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਉਧਰਲੇ ਬੰਨੇ ਇੱਕ ਮਿੰਟ ਬਹੁਤ ਖੁਸ਼ਖਬਰੀ ਦੀ ਗੱਲ ਆ ਆਪਣੇ ਦਰਸ਼ਕਾਂ ਤੇ, ਸਾਡੇ ਨਿਰਦੇਸ਼ ਕੈਨੇਡਾ ਬਰਾੜ ਸਾਹਿਬ
ਟੂਰਨਾਮੈਂਟ ਕਮੇਟੀ ਦਾ ਓਪਨ ਦਾ ਜਿੰਨਾ ਵੀ ਕਮੇਟੀ ਨਾਮ ਰੱਖਦੀ ਆ, ਲੱਖ ਰੱਖਦੀ ਆ, ਸਵਾ ਲੱਖ ਰੱਖਦੀ ਆ, 80,000 ਰੱਖਦੀ ਆ, ਗਾਂ ਨੂੰ ਪੱਕਾ ਹੀ ਇਹਨਾਂ ਨਾਲ ਹੋਇਆ ਕਰੂਗਾ। ਅਸੀਂ ਸਾਰੇ ਟੂਰਨਾਮੈਂਟ ਕਮੇਟੀ ਵਾਲੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਤੇ ਬਾਬਾ ਜੋਰਾ ਸਿੰਘ ਜੀ ਵੱਲੋਂ 50 ਕਿਲੋ ਦਾ ਗਾਂ ਨੂੰ ਜਿੰਨਾ ਵੀ ਨਾਮ ਰੱਖਦੀ ਕਮੇਟੀ ਇਹਨਾਂ ਨੇ ਹੋਊਗਾ ਜੀ। ਅਗਲੇ ਸਾਲ ਦਾ ਇਹ ਟੂਰਨਾਮੈਂਟ ਦਾ ਗਾਂ ਹੋ ਗਿਆ। ਅਸੀਂ ਦੋਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੋਟਲੇ ਬੰਦੇ ਅਸੀਂ ਧੰਨਵਾਦ ਕਰਦੇ ਹਾਂ ਨਿਰਤੇਜ ਬਰਾੜ ਜੀ ਮਾਛੀ ਬੁਗੜਾ, ਵੀ ਕਬੱਡੀ ਕੱਪ ਦਾ ਜਿਹੜਾ ਸਿਹਰਾ ਉਹਨਾਂ ਨੂੰ ਜਾਂਦਾ, ਕਿਉਂਕਿ ਕਬੱਡੀ ਓਪਨ ਦਾ ਅੱਜ ਵੀ ਪਹਿਲਾ ਪ੍ਰਾਈਜ਼ ਤੇ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹਨਾਂ ਵੱਲੋਂ ਦਿੱਤਾ ਜਾਣਾ। ਸਾਡੇ ਵਾਪਸ ਸਤਿਕਾਰਯੋਗ ਹੈ ਸਰਦਾਰ ਨਵਤੇਜ ਸਿੰਘ ਜੀ ਬਰਾੜ ਮਾਛੀ ਬੁਗੜਾ, ਕਹਿੰਦੇ ਵੀ 81,000 ਰੁਪਇਆ ਪਲੱਸ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹਨਾਂ ਵੱਲੋਂ ਦਿੱਤਾ ਜਾਣਾ। ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਬੈਠੀ ਚੱਲੋ, ਕਿਉਂਕਿ ਇਕੱਠ ਵੀ ਵੱਡਾ ਹੋ ਜਾਣਾ ਤੇ ਖਿਡਾਰੀ ਵੀਰ ਵੀ ਜਿਹੜੇ ਪੂਰੇ ਤਾਪ ਦੇ ਪੁੱਜਣੇ ਹੈ। ਇਸ ਮੈਚ ਤੋਂ ਬਾਅਦ ਹਰਬੰਸ ਸਿੰਘ ਜੀ ਬਰਾੜ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਕੱਢ ਦਿੱਤੀਆਂ ਜਾਣ, ਔਰ ਜਿਹੜੀਆਂ ਟੀਮਾਂ ਐਂਟਰ ਹੋਣ ਰਹਿੰਦੀਆਂ ਉਹ ਟੀਮਾਂ ਜਿਹੜੀਆਂ ਐਂਟਰ ਹੋ ਜਾਣ, ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਕਿ ਜਿਹੜੇ ਬਾਤ ਮੂੰਹ ਚੋਂ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ। ਅੱਜ ਵੱਡੀਆਂ ਰੌਣਕਾਂ ਸ਼ਹੀਦ ਬਾਬਾ ਵੀਰ ਸਿੰਘ ਜੀ ਯਾਦਗਾਰੀ ਕਬੱਡੀ ਦਾ ਕੱਪ ਮਾਛੀ ਬੁਗੜੇ ਦੀ ਧਰਤੀ ਤੇ ਆਪਾਂ ਤੱਕਦੇ ਇਸ ਖੇਡ ਮੈਦਾਨ ਵਿੱਚ। ਜਿੰਨੇ ਵੀ ਪ੍ਰਵਾਸੀ ਵੀਰਾਂ ਦਾ ਵੱਡਾ ਯੋਗਦਾਨ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਾਂਗੇ। ਭਗਤਾ ਭਾਈ ਪਿੰਡ ਤੇ ਦੂਸਰੇ ਬੰਨੇ ਫਿਕਰੀਵਾਲ ਦੀ ਧਰਤੀ ਨੌਜਵਾਨ ਗੱਭਰੂ ਦੇਖਦੇ ਹੈ। ਭਗਤਾ ਪਿੰਡ ਕਬੱਡੀ ਵਿੱਚ ਬੜਾ ਮੋਹਰੀ ਪਿੰਡ ਹੈ ਜਿਹੜੇ ਬਠਿੰਡੇ ਦਾ, ਜਿਸ ਪਿੰਡ ਦੇ ਕਰਮਜੀਤ ਨੇ ਪੂਰੀ ਦੁਨੀਆਂ ਵਿੱਚ ਧਰਤੀ ਬੁਲਾਈ ਆਪਣੇ ਗੀਤਾਂ ਦੇ ਨਾਲ। ਪਹਿਲਾ ਗੀਤ ਲਿਖਿਆ ਕਰਮਜੀਤ ਭਗਤੇ ਵਾਲੇ ਨੇ, ਮੈਨੂੰ ਯਾਦ ਹੈ ਮਿਸ ਪੂਜਾ ਦੇ ਦਰਸ਼ਨ ਖੇਲੇ ਨੇ ਉਹ ਗੀਤ ਗਾਇਆ ਸੀ ਕਿ ਭਗਤੇ 'ਚ ਬੱਲੇ ਬੱਲੇ ਹੋ ਜੇ ਤੇਰੀ ਹੋਰਤੀ, ਕਿ ਮਾਂ ਚ ਸਜਾਦੇ ਪੂਰੀ ਝੁਟਕੀ ਸੰਧੂਰ ਦੀ, ਤੇਰੇ ਰੰਗ ਵਿੱਚ ਰੰਗੀ ਜਾਵਾਂ ਸੋਹਣਿਆ, ਐਸਾ ਤੂੰ ਚੜਾ ਦੇ ਰੰਗ ਦੇ ਭੰਨ ਚੂੜੀਆਂ ਪਿਆਰ ਤੇਰਾ ਕੱਢਦੀ ਨੇ ਹੱਥ 'ਚ ਮਰਾਲੀ ਵੰਗ ਦੇ। ਇੱਕ ਬੰਨੇ ਜ਼ਿਲ੍ਹਾ ਬਠਿੰਡਾ ਸਾਡੇ ਸਤਿਕਾਰਯੋਗ ਨੇ ਸਰਦਾਰ ਸਿੰਘ ਜੀ ਬਰਾੜ ਸਾਹਿਬ, ਜਿਹੜੀ ਟੀਮ ਇਹ ਦੋ ਟੀਮਾਂ ਦੇ ਵਿੱਚੋਂ ਜਿੱਤਦੀ ਹੈ 500 ਰੁਪਇਆ ਉਸ ਟੀਮ ਲਈ ਹੋਵੇਗਾ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਤਿਕਾਰਯੋਗ ਵੀਰਾਂ ਦਾ। ਉਧਰਲੇ ਬੰਨੇ ਮੰਗਤਵੀਰ ਸਰਪੰਚ ਝਾਂਡੀਆਂ ਵਾਲੇ, ਜਿਨ੍ਹਾਂ ਨੇ 31,000 ਰੁਪਇਆ ਦਿੱਤਾ ਇਸ ਕਬੱਡੀ ਟੂਰਨਾਮੈਂਟ ਲਈ। ਧਰਮਪਾਲ ਕਨੇਡਾ ਜੀ 21,000, ਉਧਰਲੇ ਬੰਨੇ ਜਗਮੋਹਨ ਸਿੰਘ ਜੀ ਸਰਪੰਚ ਸਾਹਿਬ ਬਹੁਤ ਪਿਆਰੀ ਸ਼ਖਸੀਅਤ ਹੈ, ਬੜੀ ਸਤਿਕਾਰ ਦੇ ਯੋਗ ਹੈ, 16,000 ਰੁਪਏ ਦੇ ਮਾਨ ਸਨਮਾਨ ਇਸ ਕਬੱਡੀ ਟੂਰਨਾਮੈਂਟ ਲਈ ਬਖਸ਼ੇ ਹੈ। ਔਰ ਕਹਿੰਦੇ ਵੀ ਜੇ ਮਾਲਵੇ ਦੇ ਵਿੱਚ ਕਬੱਡੀ ਖੇਡਿਆਂ ਦੀ ਗੱਲ ਕਰੀਏ ਤਾਂ ਇੱਥੋਂ ਕਹਿੰਦੇ ਵੀ ਕਬੱਡੀ ਦਾ ਐਂਡ ਹੋ ਜਾਂਦਾ, ਇੰਨੇ ਖਿਡਾਰੀ ਆਏ ਸਾਲ ਇਸ ਧਰਤੀ ਤੇ ਖੇਡਦੇ ਹੈ। ਉਧਰਲੇ ਬੰਨੇ ਸੁਖਪ੍ਰੀਤ ਹੋਰੀ ਸਾਡੇ ਬਾਂਸੇ ਬਰਾੜ ਹੋਰੀ ਆਪਣੀ ਪੂਰੀ ਟੂਰਨਾਮੈਂਟ ਕਮੇਟੀ ਨਾਲ, ਸਾਡੇ ਯਾਦਵਿੰਦਰ ਹੋਰੀ, ਸਾਰੇ ਸਤਿਕਾਰਯੋਗ ਸੁਖੇ ਵੀਰ ਵਰਗੇ ਦੂਰ ਦੂਰ, ਭਾਵੇਂ ਉਹ ਦੁਆਬਾ, ਭਾਵੇਂ ਉਹ ਮਾਝਾ ਤੇ ਭਾਵੇਂ ਮਾਲਵੇ ਦਾ ਕੋਈ ਵੀ ਪਿੰਡ ਹੈ, ਜਿੱਥੇ ਵੀ ਪਤਾ ਲੱਗਦਾ ਵੀ ਚੋਟੀ ਦਾ ਖਿਡਾਰੀ ਕੌਡੀ ਖੇਡਦਾ, ਉਹਦੇ ਘਰ ਪਹੁੰਚ ਕੇ ਖੁੱਲੇ ਕਿਰਾਏ ਦੇ ਕੇ ਟੀਮਾਂ ਨੂੰ ਸੱਦੇ ਦਿੰਦੇ ਹੈ। ਵੱਡੀ ਮਿਹਨਤ ਹੈ ਆ ਏਰੀਏ ਦਾ, ਕਹਿੰਦੇ ਵੀ ਕਬੱਡੀ ਟੂਰਨਾਮੈਂਟ ਜਾਂ ਧਾਨਾ ਸ਼ਹੀਦ ਤੇ ਜਾਂ ਆਹ ਪਿੰਡ। ਉਧਰਲੇ ਬੰਨੇ ਮਾਲੇ ਵਾਲਿਆਂ ਨੇ ਵੀ ਕਬੱਡੀ ਦਾ ਟੂਰਨਾਮੈਂਟ ਬਹੁਤ ਤਕੜਾ ਕਰਵਾਇਆ, ਆਪਾਂ
ਖੇਡ ਮੈਦਾਨ ਵਿੱਚ ਫਾਈਨਲ ਮੁਕਾਬਲਾ ਇਹਨਾਂ ਟੀਮਾਂ ਦਾ ਤੱਕਦੇ ਹੈ। ਸਰਦਾਰ ਮੁਖਤਿਆਰ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਨੇ ਵੀ ਬਹੁਤ ਵੱਡੇ ਆਦਰ ਬਖਸ਼ੇ ਹੈ ਇਸ ਕਬੱਡੀ ਟੂਰਨਾਮੈਂਟ ਲਈ 15,000 ਰੁਪਇਆ, ਔਰ ਬਲਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਉਧਰਲੇ ਬੰਨੇ ਨਿਤੇਜ ਬਰਾੜ ਮਾਛੀ ਬੁਗਰੇ ਵਾਲਾ ਕਹਿੰਦਾ ਆਪਣੇ ਮਿੱਤਰਾਂ ਨਾਲ ਮਿਲ, ਕਹਿੰਦਾ ਵੀ ਜਿੰਨਾ ਵੀ ਨਾਮ ਕਮੇਟੀ ਰੱਖਦੀ ਹੈ ਉਹ ਸਾਡੇ ਵੱਲੋਂ ਹੋਵੇਗਾ। ਬਹੁਤ ਵੱਡੇ ਆਸ਼ਕਾ ਕਬੱਡੀ ਦੇ, ਬਹੁਤ ਵੱਡੇ ਦੀਵਾਨੇ ਹੈ, ਬੜੇ ਫੈਨ ਆ ਖਿਡਾਰੀਆਂ ਦੇ। ਆਪਣੇ ਰੁਝੇਵੇ ਰੱਦ ਕਰ, ਆਪਣੀ ਜੰਮਣ ਭੋਇ ਤੇ ਪੁੱਜਦੇ ਚੱਲ ਵੀ ਭਰਤੇ ਪਿੰਡ ਵਾਲਿਆਂ ਪਾ ਕਬੱਡੀ, ਜਿਸ ਪਿੰਡ ਦੀ ਕਬੱਡੀ ਬਹੁਤ ਵੱਡੀ ਹੈ ਉਧਰਲੇ ਬੰਨੇ ਨਾਮ ਕਰਦੇ ਸ਼ੁਰੂ ਚੌਲਾ ਦੇ ਮਾਜਾ ਕਾ ਐਂਟਰ ਕਰ ਲਾਂਗੇ, ਠੀਕ ਹੈ ਜੀ। ਕਾਫੀ ਟੀਮਾਂ ਸਾਡੇ ਦਰਮਿਆਨ ਤੋਂ ਚੁੱਕੀਆਂ, ਚਿੱਟੀਆਂ ਕੱਪਾਂ ਦੀਆਂ ਫੋਟੀਆਂ ਵਰਗੀ ਧੁੱਪ ਹੈ। ਇੱਕ ਬੰਨੇ ਸ਼ਾਂ ਦਾ ਪ੍ਰਬੰਧ ਹੈ, ਉਧਰਲੇ ਬੰਨੇ ਸੱਜਣਾਂ ਦੇ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ, ਪਤਾ ਨਹੀਂ ਕਿਉਂ ਮੋਹ ਜਿਹਾ ਆਈ ਜਾਵੇ ਭਾਵੇਂ ਸਾਡੇ ਮੱਚ ਗਏ ਨੇ ਪੈਰ। ਅੱਜ ਮੈਂ ਦੇਖਦਾ ਵੀ ਧੁੱਪ ਵੀ ਪੂਰੀ ਕੱਢਦੀ ਹੈ, ਫਿਰ ਵੀ ਅੱਜ ਪੰਜਾਬੀ ਵੀਰ ਕਬੱਡੀ ਦਾ ਨਜ਼ਾਰਾ ਤੱਕਣਗੇ। ਔਰ ਬੇਨਤੀ ਹੈ ਵੀ ਜਿਹੜੀਆਂ ਟੀਮਾਂ ਕਬੱਡੀ ਓਪਨ ਦੀਆਂ ਐਂਟਰ ਹੋਣ ਵੱਲੋਂ ਰਹਿੰਦੀਆਂ ਉਹ ਜਲਦੀ ਨਾਲ ਟੀਮਾਂ ਐਂਟਰ ਹੋ ਜਾਣ। ਉਧਰਲੇ ਬੰਨੇ ਸਾਰੇ ਹੀ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਵੇਂ ਜਿਵੇਂ ਸਰਦਾਰ ਵੀਰ ਪੁੱਜਦੇ ਜਾ ਰਹੇ, ਔਰ ਅਸੀਂ ਧੰਨਵਾਦ ਕਰਾਂਗੇ ਸਰਦਾਰ ਬਲਵਿੰਦਰ ਸਿੰਘ ਜੀ ਢਿੱਲੋਂ ਸਾਹਿਬ 15,000 ਰੁਪਈਏ ਦੇ ਯੋਗਦਾਨ ਬਖਸ਼ੇ ਹੈ। ਨਛੱਤਰ ਸਿੰਘ ਜੀ ਬਰਾੜ ਸਾਹਿਬ 15,000 ਰੁਪਈਆ, ਸੁਖਦੇਵ ਸਿੰਘ ਜੀ ਬਰਾੜ ਕਨੇਡਾ ਉਹਨਾਂ ਵੱਲੋਂ ਵੀ 15,000 ਰੁਪਈਆ, ਤੇ ਕੁਲਜਿੰਦਰ ਸਿੰਘ ਜੀ ਗਰੇਵਾਲ ਯੂਕੇ ਵਾਲੇ ਉਹਨਾਂ ਵੱਲੋਂ ਵੀ 15,000 ਰੁਪਈਆ, ਸਵਰਗੀ ਸਰਦਾਰ ਮਹਿੰਦਰ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਵੱਲੋਂ ਵੀ 11,000 ਰੁਪਈਆ, ਸਾਡੇ ਦਰਮਿਆਨ ਸ਼੍ਰੀਮਾਨ ਸੰਤ ਬਾਬਾ ਯੋਰਾ ਸਿੰਘ ਜੀ ਭੰਗੂ ਸਾਹਿਬ ਪੁੱਜੇ, ਅਸੀਂ ਧੰਨਵਾਦ ਕਰਦੇ ਹਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਵੱਡੀਆਂ ਹਾਜ਼ਰੀਆਂ। ਅੱਜ ਟੀਮ ਖੇਡਦੀ ਹੈ ਕਬੱਡੀ 56 ਕਿਲੋ ਭਾਰਤੀ, ਪਹਿਲਾ ਜਿਹੜਾ ਇਨਾਮ 11,000 ਰੁਪਈਏ ਦਾ ਮੈਚ ਸਮਾਪਤੀ ਵੱਲ ਹੈ। ਦੱਸੋ ਵੀਰ ਦੀ ਕਿਹੜੀ ਟੀਮ ਜਿੱਤ ਗਈ? ਉਧਰਲੇ ਬੰਨੇ ਲਾਲ ਸਿੰਘ ਜੀ ਬਰਾੜ ਸਾਹਿਬ ਆਖਦੇ ਹੈ ਵੀ ਜਿਹੜੀ ਟੀਮ ਜਿੱਤੀ 500 ਰੁਪਈਆ ਸਾਡੇ ਵੱਲੋਂ ਹੋਵੇਗਾ। ਉਸ ਟੀਮ ਨੂੰ ਨੋਟ ਕਰ ਲਓ ਜੀ, ਭਾਰਤੀ ਦੇ ਪੁਆਇੰਟ ਜਿਹੜੇ 15.5, ਠੀਕਰੀਵਾਲ ਦੇ ਪੁਆਇੰਟ ਜਿਹੜੇ 9 ਹੈ। ਇਸ ਮੈਚ ਦੀ ਜਿਹੜੀ ਫਸਟ ਟੀਮ ਭਗਤਾ ਸੈਂਟਰੀ ਠੀਕਰੀਵਾਲ, ਹਾਂਜੀ 500 ਰੁਪਈਆ ਜਿਹੜਾ ਲਾਲ ਸਿੰਘ ਜੀ ਬਰਾੜ ਸਾਹਿਬ ਭਗਤੇ ਦੀ ਟੀਮ ਲਈ ਹੈ। ਬਰਾੜ ਸਾਹਿਬ ਜੀ, ਸੁਖਪ੍ਰੀਤ ਭਰਾ ਜੀ ਤਾਲੀਆਂ ਕਰ ਦਿਓ ਅਗਲੇ ਮੈਚ ਦੀ। ਔਰ ਅਸੀਂ ਨਾਲ ਹੀ ਧੰਨਵਾਦ ਕਰਦੇ ਹਾਂ ਸਰਦਾਰ ਬਲਦੇਵ ਸਿੰਘ ਜੀ ਧਾਲੀਵਾਲ ਸਾਹਿਬ, ਜਿਹਨਾਂ ਵੱਲੋਂ USA ਦੀ ਧਰਤੀ ਤੇ ਰਹਿੰਦੇ ਹੈ, 11,000 ਰੁਪਏ ਦੇ ਯੋਗਦਾਨ ਹੈ। ਸਰਦਾਰ ਤੀਰ ਸਿੰਘ ਜੀ ਨਿਹਰਾਂ ਵਾਲਾ ਜੀਤਾ ਸੈਂਬੀ ਸੈਂਬੀ ਕਨੇਡਾ 10,000 ਰੁਪਈਆ, ਸਵਰਗੀ ਬਲਦੇਵ ਸਿੰਘ ਜੀ ਬਰਾੜ, ਔਰ ਉਹਨਾਂ ਵੱਲੋਂ ਵੀ ਵੱਡੇ ਮਾਣ ਜਿਹੜੇ 10,000 ਰੁਪਈਏ ਦੇ ਹੈ। ਔਰ ਸਰਦਾਰ ਹਰਨੇਕ ਸਿੰਘ ਜੀ ਬਰਾੜ ਸਾਹਿਬ ਉਹਨਾਂ ਵੱਲੋਂ ਵੀ 10,000 ਰੁਪਈਆ, ਗੁਰਵਿੰਦਰ ਸਿੰਘ ਜੀ ਜਲਟਾਣਾ ਕਨੇਡਾ ਸੁਲਿਆਣੀ ਉਹਨਾਂ ਵੱਲੋਂ ਵੀ
10,000 ਰੁਪਇਆ ਮਾਸਟਰ ਅਵਤਾਰ ਸਿੰਘ ਦੀ ਬਰਾਤ ਸਾਹਿਬ ਬਹੁਤ ਹੀ ਸਤਿਕਾਰ ਦੇ ਯੋਗ ਹੈ ਬੱਬੂ ਝੰਜੀਆਂ ਜੀ ਉਹਨਾਂ ਵੱਲੋਂ ਵੀ 600 ਰੁਪਇਆ ਹਰਬੰਸ ਸਿੰਘ ਜੀ ਬਰਾੜ ਸਾਹਿਬ ਬਹੁਤ ਸਤਿਕਾਰ ਦੇ ਯੋਗ ਵੀਰ ਹੈ ਰਿਟਾਇਰ ਬੀ ਓ ਸਾਹਿਬ ਔਰ ਉਹਨਾਂ ਵੱਲੋਂ ਵੀ 600 ਰੁਪਇਆ ਸਾਡੇ ਸਤਿਕਾਰ ਯੋਗ ਸਰਦਾਰ ਮੇਜਰ ਸਿੰਘ ਜੀ ਬੈਂਕ ਮੈਨੇਜਰ ਉਹਨਾਂ ਵੱਲੋਂ ਵੀ 600 ਰੁਪਇਆ ਸੁਰਿੰਦਰਪਾਲ ਸਿੰਘ ਜੀ ਨੰਬਰਦਾਰ ਸਾਹਿਬ 5100 ਰੁਪਇਆ ਕੁਲਬੀਰ ਆਸਟ੍ਰੇਲੀਆ 5100 ਰੁਪਇਆ ਅਭਿਸ਼ੇਕ ਜੌਲ ਆਰਿਅਨ ਜੌਲ 5100 ਰੁਪਇਆ ਹਰਦੇਵ ਸਿੰਘ ਜੀ ਬਰਾੜ ਸਾਹਿਬ 5100 ਰੁਪਇਆ ਜਿਹੜੀਆਂ ਟੀਮਾਂ ਐਂਟਰ ਹੋਣ ਵੱਲੋਂ ਰਹਿੰਦੀਆਂ ਜਲਦੀ ਨਾਲ ਟੀਮਾਂ ਐਂਟਰ ਹੋ ਜਾਣ ਤਿੰਨ ਜਿਹੜੇ ਪਲੇਅਰ ਹੈ ਕਬੱਡੀ ਓਪਨ ਦੇ ਬਾਹਰ ਦੇ ਖੇਡਣੇ ਹੈ ਦੋ ਮੋਟਰਸਾਈਕਲ ਦਿੱਤੇ ਜਾਣਗੇ ਹੀਰੋ ਕੰਪਨੀ ਦੇ ਸਪਲੈਂਡਰ 81 ਤੇ 61,000 ਰੁਪਇਆ ਮਾਨ ਸਨਮਾਨ ਖਿਡਾਰੀਆਂ ਨੂੰ ਦਿੱਤੇ ਜਾਣਗੇ ਅਸੀਂ ਦਰਬਾਰ ਕਰਦੇ ਹਾਂ ਹਰਦੇਵ ਸਿੰਘ ਜੀ ਬਰਾੜ ਸਾਹਿਬ ਉਹਨਾਂ ਵੱਲੋਂ ਵੀ 5100 ਰੁਪਇਆ ਜਗਜੀਤ ਬਰਾੜ ਜੀ ਗੋਕਾ ਫੀਡ ਫੈਕਟਰੀ ਵਾਲੇ ਮਾਛੀ ਬੋਗਰਾ ਉਹਨਾਂ ਵੱਲੋਂ ਵੀ 5100 ਰੁਪਇਆ ਸਵਰਗੀ ਸੁਖਦੇਵ ਸਿੰਘ ਜੀ ਬਰਾੜ ਸਾਹਿਬ 5100 ਰੁਪਇਆ ਨਰਾਇਣ ਸਿੰਘ ਜੀ ਭਜਨ ਬਰਾੜ ਜੀ 5100 ਰੁਪਇਆ ਠਾਕਰ ਸਿੰਘ ਜੀ ਬਰਾੜ ਸਾਹਿਬ 5100 ਰੁਪਇਆ ਸਾਡੇ ਸਤਿਕਾਰ ਦੇ ਯੋਗ ਹੈ ਸਰਦਾਰਾ ਸਿੰਘ ਜੀ ਆਸਟ੍ਰੇਲੀਆ 5100 ਰੁਪਇਆ ਸੁਰਜੀਤ ਢਿੱਲੋਂ ਜੀ ਔਰ ਸੁਖਦੇਵ ਸਿੰਘ ਜੀ ਸਰਾਜ ਸਾਹਿਬ ਜਸਪਾਲ ਨੰਗਲ ਜੀ ਕਨੇਡਾ ਔਰ ਦਵਿੰਦਰਜੀਤ ਸਿੰਘ ਜੀ ਬਰਾੜ ਸਾਹਿਬ ਇਹਨਾਂ ਵੀਰਾਂ ਵੱਲੋਂ 5,500 ਰੁਪਏ ਦੇ ਮਾਨ ਸਨਮਾਨ ਹੈ ਦਇਆ ਸਿੰਘ ਜੀ ਕਨੇਡਾ ਜਗਜੀਤ ਸਿੰਘ ਜੀ ਮਿਸ਼ਰੀ ਵਾਲਾ ਕਨੇਡਾ ਮਲਕੀਤ ਯੂ ਐਸ ਏ ਨਛੱਤਰ ਢਿੱਲੋਂ ਕਨੇਡਾ ਗੁਰਜੀਤ ਮਨੀਲਾ ਕੋਟਪੁਰ ਕਲਾਂ ਰਮਨਦੀਪ ਗੋਗੋਵਾਲੀ ਹਰਭਗਵਾਨ ਸਿੰਘ ਜੀ ਪੂਨਾ ਵਾੜਾ ਜਵਾਹਰ ਸਿੰਘ ਵਾਲਾ ਡਾਕਟਰ ਰਕੇਸ਼ ਕੁਮਾਰ ਮਹਿਤਾ ਸੁਲਿਆਣੀ ਮਾਸਟਰ ਚਰਨਾਮ ਸਿੰਘ ਜੀ ਕਾਲੀ ਵਾਲਾ ਸੁਰਿੰਦਰ ਕੁਮਾਰ ਨਰੂਲਾ ਤਲਵੰਡੀ ਭਾਈ ਇਹਨਾਂ ਵੱਲੋਂ 1100 ਰੁਪਏ ਦੀ ਮੈਕ ਸਾਹਿਬਾ ਗੁਰਪ੍ਰੀਤ ਕਾਲਾ ਸੁਲਿਆਣੀ 1000 ਤੇ ਡਾਕਟਰ ਮੱਖਣ ਸਿੰਘ ਜੀ ਝੰਡੀਆਂ 2000 ਰੁਪਇਆ ਅਸੀਂ ਇਹਨਾਂ ਸਾਰੇ ਹੀ ਸਤਿਕਾਰਯੋਗ ਦਾਨੀ ਸਿੰਘਾਂ ਦਾ ਧੰਨਵਾਦ ਕਰਦੇ ਹਾਂ ਅੱਜ ਇਸ ਕਬੱਡੀ ਕੱਪ ਵਿੱਚ ਦੋ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਹੈ ਆਜ਼ਾਦ ਕਬੱਡੀ ਕਲੱਬ ਅਡਮੈਂਟਨ ਸਾਡਾ ਵੀਰ ਮੋਹਣਾ ਲੀਲਾ ਵਾਲਾ ਸੁੱਖਾ ਤਖਤੂਪੁਰੀਆ ਔਰ ਕਵਿਕਰ ਔਗਰ ਟੋਨਾ ਬਾਰੇਵਾਲ ਤੇ ਸੁੱਖ ਢਾਲੀ ਇਹਨਾਂ ਦੀ ਜਿਹੜੀ ਸਪਾਂਸਰ ਕੀਤੀ ਹੋਈ ਟੀਮ ਹੈ ਉਹਦੇ ਵਿੱਚ ਦੋ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਖੇਡਦੇ ਹੈ ਇੱਕ ਭਾਣੇ ਪਿੰਡ ਦਾ ਸੇਵਕ ਇੱਕ ਕਰਮਾ ਮਰਾਰ ਲੋਹਾਂ ਪਿੰਡ ਦੀ ਧਰਤੀ ਦਾ ਜਿਹਨਾਂ ਨੂੰ ਦੋ ਜਿਹੜੇ ਬੁਲਟ ਮੋਟਰਸਾਈਕਲ ਅੱਜ ਇਸ ਕਬੱਡੀ ਕੱਪ ਵਿੱਚ ਦਿੱਤੇ ਜਾਣਗੇ ਇਹਨਾਂ ਨੂੰ ਅਸੀਂ ਮੁਬਾਰਕਬਾਦ ਦੇਵਾਂਗੇ ਤੇ ਕਬੱਡੀ ਦੀਆਂ ਤਾਂਜਾਂ ਕੱਢ ਸੁਖਪ੍ਰੀਤ ਜੀ ਮੈਚ ਬਰਾੜ ਸਾਹਿਬ ਬੋਲ ਦਿਓ ਹੈਲੋ ਬੋਟਾ ਜੀ ਇਹ ਬੋਟਾ ਸਾਹਮਣੇ ਆ ਬੜਾ ਆ
ਮਾੜਾ ਤਾਂ ਇੱਕੋ ਮਿੰਟ ਤੁਹਾਨੂੰ ਲੈਣਾ ਇੱਕ ਮਿੰਟ ਸਾਰਾ ਹੀ ਸਿਰਾ ਸਿਰਾ ਬਣਾ ਕੇ ਐਂ ਕਰ ਜਦੋਂ ਜਿੰਨੀਆਂ ਟੀਮਾਂ ਸਾਡੇ ਕੋਲ ਐਂਟਰ ਹੋਈਆਂ ਸਾਰੀਆਂ ਕਬੱਡੀ ਉੱਪਰ ਦੀਆਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਜਿਹੜੀਆਂ ਅਸੀਂ ਟਾਈਆਂ ਕੱਢਣੀਆਂ ਉਹ ਗਰਾਊਂਡ ਦੇ ਵਿੱਚ ਕੱਢਣੀਆਂ ਸਾਰੀਆਂ ਟੀਮਾਂ ਦਾ ਇੱਕ ਇੱਕ ਪਲੇਅਰ ਸਾਡੇ ਗਰਾਊਂਡ ਦੇ ਵਿੱਚ ਉੱਡਿਆ ਵੀ ਸਾਰੀਆਂ ਟੀਮਾਂ ਦਾ ਇੱਕ ਇੱਕ ਜਿਹੜਾ ਪਲੇਅਰ ਹੈ ਉਹ ਗਰਾਊਂਡ ਦੇ ਵਿੱਚ ਆ ਜਾਵੇ ਕਿਰਪਾ ਕਰਕੇ ਬਾਅਦ ਵਿੱਚ ਕੋਈ ਵੀ ਟੀਮ ਦਾ ਖਿਡਾਰੀ ਸਾਡੇ 'ਤੇ ਗਿਲਾ ਸ਼ਿਕਵਾ ਨਾ ਕਰੇ ਸਾਰੀਆਂ ਟੀਮਾਂ ਨੋਟ ਕਰ ਲੈਣ ਔਰ ਜਿਹੜੇ ਵੀ ਕੰਮ ਹੈ ਜਿਹੜਾ ਇਹ ਕਾਰਜ ਹੈ ਚਾਹੇ ਸਾਡੀ ਕਮੇਟੀ ਹੈ ਚਾਹੇ ਸਾਡੇ ਖੇਡ ਮੈਦਾਨ ਦੇ ਰੈਫਰੀ ਵੀਰ ਆ ਔਰ ਜਿਹੜੇ ਗੁਰੂ ਘਰ ਦੇ ਵਿੱਚ ਸਹੁੰ ਪਾਈ ਹੈ ਵੀ ਜਿਹੜੇ ਫੈਸਲੇ ਹੈ ਉਹ ਨਿਰਪੱਖ ਹੋਣਗੇ ਕਿਸੇ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਤਾਈਆਂ ਜਿਹੜੀਆਂ ਖੇਡ ਮੈਦਾਨ ਵਿੱਚ ਕੱਢਣ ਜਾ ਰਹੇ ਹੈ ਜਿਹੜੀਆਂ ਟੀਮਾਂ ਪੁੱਜੀਆਂ ਉਹ ਸਾਡੇ ਕੋਲ ਸਾਰੀਆਂ ਟੀਮਾਂ ਦਾ ਇੱਕ ਇੱਕ ਜਿਹੜਾ ਖਿਡਾਰੀ ਹੈ ਉਹ ਕਿਰਪਾ ਕਰਕੇ ਗਰਾਊਂਡ ਵਿੱਚ ਆ ਜਾਵੇ ਬਾਅਦ ਵਿੱਚ ਕੋਈ ਵੀ ਵੀਰ ਸਾਡਾ ਵੀਰ ਬੋਰ ਸਿੰਘ ਜੀ ਮਹੀਆਂ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਸਾਡੇ ਦਰਮਿਆਨ ਉਧਰਲੇ ਬੰਨੇ ਬੇਅੰਤ ਸਿੰਘ ਜੀ ਨੰਬਰਦਾਰ ਗੁਰਮੀਤ ਵਿਰਕ ਜੀ ਦੌਲਤਪੁਰੇ ਵਾਲੇ ਆਪਣੇ ਮਿੱਤਰਾਂ ਨਾਲ ਪੁੱਜੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਟੀਮਾਂ ਦਾ ਇੱਕ ਇੱਕ ਜਿਹੜਾ ਪਲੇਅਰ ਹੈ ਉਹ ਗਰਾਊਂਡ ਵਿੱਚ ਆ ਜਾਵੇ ਜਲਦੀ ਨਾਲ ਕਿਉਂਕਿ ਅਸੀਂ
ਗਾਈਆਂ ਜਿਹੜੀਆਂ ਕੱਢਣ ਜਾ ਰਹੇ ਆ, ਜਿਹੜੀਆਂ ਟੀਮਾਂ ਸਾਡੇ ਕੋਲ ਐਂਟਰ ਹੋਈਆਂ, ਮੈਂ ਉਹਨਾਂ ਦੇ ਨਾਂ ਵੀ ਤੁਹਾਡੇ ਨਾਲ ਸਾਂਝੇ ਕਰਦਾ। ਗੁਰਦੇਵ ਗੁਰਦੇਵ ਸਿੰਘ ਆ ਯਾਰ, ਥੱਲੇ ਟੀਮਾਂ ਲੱਗੀ ਵਿੱਚ ਬਹਿ ਜਾ। ਨੋਟ ਕਰ ਲਓ ਜੀ, ਸਾਰੀਆਂ ਟੀਮਾਂ ਸਾਡੇ ਕੋਲ ਜਿਹੜੀਆਂ ਟੀਮਾਂ ਪਹੁੰਚੀਆਂ, ਚੋਹਲਾ ਸਾਹਿਬ, ਜਲਾਲ, ਫਕਰ ਝੰਡਾ ਬੀ, ਨਿਧਾ ਵਾਲਾ, ਲੰਡੇ, ਲਖਣ ਦੇ ਪੱਡਾ, ਚੌਂਦਾ, ਜੋਗੇ ਵਾਲਾ, ਸੁਰ ਸਿੰਘ ਸਪੋਰਟਸ ਕਬੱਡੀ ਕਲੱਬ ਬਾਬਾ ਬੀਬੀ ਚੰਦ, ਸ਼ਹੀਦ ਬਾਬਾ ਯਾਦਵ ਸਿੰਘ ਕਬੱਡੀ ਕਲੱਬ ਗੋਰੇ ਵਾਲਾ, ਫਤਿਹਗੜ੍ਹ ਸਾਹਿਬ, ਬਘੇਲਾ, ਬਾਬਾ ਹਰੀਦਾਸ ਕਬੱਡੀ ਕਲੱਬ ਤਲਵੰਡੀ ਭਾਈ, ਲੋਹਾਮ, ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਨਲਾ ਤੇ ਵਕੀਲਾਂ ਵਾਲਾ। ਇਹ ਟੀਮਾਂ ਸਾਡੇ ਕੋਲ ਪਹੁੰਚੀਆਂ, ਇਹਨਾਂ ਦੀਆਂ ਅਸੀਂ ਤਾਈਆਂ ਕੱਢਣ ਜਾ ਰਹੇ ਹਾਂ ਤੇ ਸਾਰੀਆਂ ਟੀਮਾਂ ਦਾ ਇੱਕ ਇੱਕ ਜਿਹੜਾ ਪਲੇਅਰ ਹੈ 2 ਮਿੰਟਾਂ ਦੇ ਵਿੱਚ ਸਾਡੇ ਕੋਲ ਪਹੁੰਚ ਜਾਵੇ। ਬਾਅਦ ਵਿੱਚ ਅਸੀਂ ਕਿਸੇ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੁਣਨਾ। ਕਬੱਡੀ ਦੀ ਉਹ ਮਾਨ ਸ਼ਖਸੀਅਤ ਮੇਰੇ ਨਾਲ ਖੇਡ ਮੈਦਾਨ ਵਿੱਚ, ਨਵਤੇਜ ਬਰਾੜ ਜੀ, ਮਾਛੀ ਬੁਗਰੇ ਵਾਲੇ, ਆਏ ਦਰਸ਼ਕ ਵੀਰੋ, ਸ਼ਖਸੀਅਤ ਜਿਹਨੇ 81,000 ਰੁਪਇਆ ਤੇ ਇੱਕ ਮੋਟਰਸਾਈਕਲ ਦੇਣਾ। ਜ਼ੋਰਦਾਰ ਦਰਸ਼ਕ ਵੀਰੋ, ਇੱਕ ਵਾਰੀ ਤਾੜੀ ਮਾਰ ਦਿਓ ਬਰਾੜ ਸਾਹਿਬ ਦੇ ਨਾਂ ਦੇ ਉੱਪਰ, ਕਿਉਂਕਿ ਆਪਣੀ ਦਹਨਾਂ ਦੀ ਕੁਰਤ ਕਮਾਈ ਦੇ ਵਿੱਚੋਂ ਇਹ ਜਿਹੜੇ ਮਾਨ ਸਨਮਾਨ ਹੈ ਆਏ ਸਾਲ ਇਸ ਧਰਤੀ ਤੇ ਬਖਸ਼ਦੇ ਹੈ। ਆਉਂਦੇ ਸਾਲ ਐਲਾਨ ਕਰ ਦਿੱਤਾ ਵੀ ਭਾਵੇਂ ਲੱਖ ਭਾਵੇਂ 1.5 ਲੱਖ ਜਿੰਨਾ ਵੀ ਤੁਸੀਂ ਪ੍ਰਾਈਜ਼ ਰੱਖੋਗੇ ਉਹ ਸਾਡੇ ਵੱਲੋਂ ਹੋਵੇਗਾ, ਸਾਡੇ ਪਰਿਵਾਰ ਵੱਲੋਂ ਹੋਵੇਗਾ। ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਬਰਾੜ ਸਾਹਿਬ ਜੀ। ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤੁਸੀਂ ਇਸੇ ਤਰ੍ਹਾਂ ਤਰੱਕੀ ਕਰੋ ਤੇ ਆਹ ਵੱਡਾ ਯੋਗਦਾਨ ਤੁਹਾਡਾ ਇਸ ਕਬੱਡੀ ਦੇ ਖੇਡ ਮੇਲਿਆਂ ਲਈ ਹੋਵੇ। ਡੈਂਪੀ ਗਿੱਲ ਮੇਰਾ ਵੀਰ ਉਹ ਇੱਥੇ ਪੁੱਜੇ ਹੈ, ਬਰਾੜ ਸਾਹਿਬ ਦੇ ਫਰੈਂਡ ਨੇ ਉਹ, ਭਾਂਜਾ ਸਾਹਿਬ ਹੈ ਡੈਂਪੀ ਗਿੱਲ ਮੇਰਾ ਵੀਰ, ਉਹ ਸਾਡੇ ਕੋਲ ਪੁੱਜ ਜਾਵੇ ਜਲਦੀ ਦੇ ਨਾਲ। ਟੀਮਾਂ ਦਾ ਇੱਕ ਇੱਕ ਪਲੇਅਰ ਆ ਜਾਓ। ਮੈਂ ਲੱਗਦਾ ਬਰਾੜ ਸਾਹਿਬ ਜੀ ਕਿਸੇ ਨੇ ਆਉਣਾ, ਤੁਸੀਂ ਡਾਲਿਆ ਕੱਢ ਦਿਓ ਆਪਣੇ ਕਿਹੜਾ ਕੋਈ ਪਿੰਡ ਦੀ ਟੀਮ ਆ ਤੇ ਪਹਿਲਾਂ ਹੀ ਜਿਹੜੀ ਕਮੇਟੀ ਸੌਂਹ ਖਾ ਚੁੱਕੀ ਹੈ। ਜਿਹੜਾ ਪੱਖਪਾਤ ਅਸੀਂ ਕਿਸੇ ਦਾ ਨਹੀਂ ਕਰਨਾ, ਜੇ ਕਿਸੇ ਖਿਡਾਰੀ ਨੂੰ ਸ਼ੱਕ ਹੈ ਤੇ ਕਿਰਪਾ ਕਰਕੇ 2 ਮਿੰਟ ਦੇ ਸਾਡੇ ਕੋਲ ਆ ਜਾਵੇ ਜਲਦੀ ਨਾਲ। ਪਲੇਅਰਾਂ ਨੂੰ ਮੇਰੀ ਬੇਨਤੀ ਹੈ, ਕੁਲਵੰਤ ਕੌਰ ਜੀ, ਚੋਹਲਾ ਸਾਹਿਬ, ਜਲਾਲ, ਵਕੀਲਾਂ ਵਾਲਾ, ਤਲਵੰਡੀ ਭਾਈ, ਸਾਰੀਆਂ ਜਿਹੜੀਆਂ ਟੀਮਾਂ ਦਾ ਇੱਕ ਇੱਕ ਪਲੇਅਰ ਸਾਡੇ ਕੋਲ ਪੁੱਜ ਜਾਵੇ। ਮੈਂ ਬੇਨਤੀ ਕਰਦਾ ਲੰਡਿਆਂ ਦੇ ਖਿਡਾਰੀਆਂ ਨੂੰ ਤੇ ਨਾਲ ਹੀ ਜਿਹੜੇ ਕਬੱਡੀ 52 ਕਿਲੋ ਭਾਰਤੀਆਂ ਟੀਮਾਂ ਫਸਟ ਸੈਂਗਡ ਰਹੀਆਂ, ਉਹਨਾਂ ਨੂੰ ਤੁਸੀਂ ਜਿਹੜਾ ਪ੍ਰਾਈਜ਼ ਸਾਡੇ ਵੀਰ ਪੁੱਜ ਗਏ ਹੈ ਉਹ ਦੇਣਾ ਸੀ ਖੇਡ ਮੈਦਾਨ ਵਿੱਚ। ਜਲਦੀ ਨਾਲ ਇੱਕ ਇੱਕ ਟੀਮਾਂ ਦਾ ਪਲੇਅਰ ਪੁੱਜ ਜਾਵੇ।
ਸਾਡੇ ਕੋਲ ਜੋਗੇਵਾਲ ਦੀ ਟੀਮ ਦੇ ਕੋਚ ਹੋ ਚੁੱਕੇ ਹੈ ਸਰਦਾਰ ਕੁਲਵੰਤ ਸਿੰਘ ਜੀ ਜੋਗੇਵਾਲ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਸ ਸ਼ਖਸੀਅਤ ਨੇ ਮਾਹੂ ਏਰੀਏ ਦੀ ਕਬੱਡੀ ਨੂੰ ਜਨਮ ਦਿੱਤਾ। ਆਹ ਸ਼ਖਸੀਅਤ ਹੈ ਸਾਡੇ ਨਾਲ ਨਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੇਰਾ ਜੋਗੇਵਾਲ, ਉਹ ਵੀ ਸਾਡੇ ਦਰਮਿਆਨ ਪਹੁੰਚਿਆ। ਅਸੀਂ ਧੰਨਵਾਦ ਕਰਦੇ ਹਾਂ। ਪਿਤਾ ਸ਼ਾਰਜਾ ਦੁਬਈ ਦੇ ਸ਼ਾਰਜਾ ਸ਼ਹਿਰ ਵਿੱਚ ਵੱਡਾ ਕਾਰੋਬਾਰ ਹੈ ਇਹਨਾਂ ਦੇ ਫਾਦਰ ਸਾਹਿਬ ਦਾ। ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਮਾਣ ਦੇ ਯੋਗ ਸ਼ਖਸੀਅਤਾਂ ਦਾ ਤੇ ਰਹਿੰਦੀਆਂ ਟੀਮਾਂ ਦੇ ਜਿਹੜੇ ਖਿਡਾਰੀ ਹੈ। ਉਹ ਵੀ ਇੱਕ ਮਿੰਟ ਬਾਕੀ ਰਹਿ ਗਿਆ, ਜਲਦੀ ਨਾਲ ਸਾਡੇ ਕੋਲ ਪੁੱਜੋ। ਅਸੀਂ ਜਿਹੜੀਆਂ ਟਾਈਆਂ ਪਾਉਣ ਜਾ ਰਹੇ ਹਾਂ, ਹਾਂਡਾ ਸਾਉਣ ਦੀ ਜਿਹੜੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ। ਨਾਲ ਹੀ ਮੇਰੀ ਬੇਨਤੀ, ਜਿਹੜੇ ਕੋਠਿਆਂ ਦੇ ਉੱਪਰ ਹਾਰ ਲੱਗੇ ਆ ਕਿਸੇ ਵੀਰ ਨੇ, ਉਹਨਾਂ ਨਾਲ ਛੇੜਖਾਨੀ ਨਹੀਂ ਕਰਨੀ। ਹਾਂਡਾ ਸਾਉਣ ਦੇ ਜਿੱਥੇ ਹਾਰ ਲੱਗੇ ਆ ਜਾਂ ਬਕਸੇ ਲੱਗੇ ਆ, ਕਿਸੇ ਵੀ ਖੇਡ ਪ੍ਰੇਮੀ ਨੇ ਇਹਦੇ ਨਾਲ ਛੇੜਖਾਨੀ ਨਹੀਂ ਕਰਨੀ। ਔਰ ਅਸੀਂ ਤਾਈਆਂ ਕੱਢ ਰਹੇ ਹਾਂ, ਦਰਸ਼ਕ ਵੀਰ ਆਪੋ ਆਪਣੀਆਂ ਜਗ੍ਹਾ ਮਲਦੇ ਜਾ ਰਹੇ ਹੈ। ਜਿਵੇਂ ਜਿਵੇਂ ਸਤਿਕਾਰ ਦੇ ਯੋਗ ਪ੍ਰੇਮੀ ਦੀ ਮਾਨ ਯੋਗ ਸ਼ਖਸੀਅਤਾਂ ਬੁੱਝ ਰਹੀਆਂ, ਅਸੀਂ ਮਾਈਕ ਦੇ ਉੱਪਰ ਉਹਨਾਂ ਨੂੰ ਸਤਿਕਾਰ ਦੇਵਾਂਗੇ। ਜਿਹੜੇ ਵੀਰ ਸਕੂਲ ਦੇ ਵਿੱਚ ਹੈ, ਸਕੂਲ ਲੱਗਾ, ਬੱਚਿਆਂ ਦੇ ਪੇਪਰ ਚੱਲਦੇ ਹੈ, ਤੇ ਕਿਰਪਾ ਕਰਕੇ ਪਿਆਰ ਨਾਲ ਤੁਸੀਂ ਸਕੂਲ ਦੇ ਵਿੱਚੋਂ ਬਾਹਰ ਆ ਜਾਓ, ਤੇ ਨਹੀਂ ਕਮੇਟੀ ਵਾਲੇ ਕਹਿੰਦੇ ਵੀ ਦੂਜੀ ਤਰ੍ਹਾਂ ਕੱਢਾਂਗੇ। ਤੇ ਕਿਰਪਾ ਕਰਕੇ ਜਿਹੜੇ ਵੀਰ ਸਕੂਲ ਦੇ ਵਿੱਚ ਹੈ ਉਹ ਕਿਰਪਾ ਕਰਕੇ ਬਾਹਰ ਆ ਜਾਣ, ਹੱਥ ਬੰਨ ਕੇ ਬੇਨਤੀ ਉਹਨਾਂ ਨੂੰ।
ਪਹਿਲਾ ਜਿਹੜਾ ਮੈਚ ਕਬੱਡੀ ਉੱਪਰ ਦਾ ਹੋਣਾ ਬੇਨਤੀ ਆ ਵੀ ਅੰਦਰ ਜਿਹੜਾ ਬੱਚਿਆਂ ਦਾ ਥੋੜੀ ਇੱਕੋ ਘਟਾ ਦਿਓ ਜੀ ਮੇਰੀ ਬੇਨਤੀ ਹਾਂਡਾ ਸਾਊਂਡ ਵੀ ਅੰਦਰ ਬੱਚਿਆਂ ਦਾ ਪੇਪਰ ਚੱਲਦਾ ਤੇ ਕਿਰਪਾ ਕਰਕੇ ਜਿਹੜੇ ਉੱਤੇ ਬਿਲਡਿੰਗ ਦੇ ਇੱਧਰ ਉੱਧਰ ਭੱਜੇ ਫਿਰਦੇ ਆ ਵੀ ਬਹਿ ਜਾਓ ਪਿਆਰ ਨਾਲ ਕੋਈ ਵੀਰ ਜਿਹੜਾ ਬਿਲਡਿੰਗ ਦੇ ਉੱਪਰ ਭੱਜੇ ਨਾ ਥੱਲੇ ਬੱਚਿਆਂ ਦਾ ਪੇਪਰ ਚੱਲ ਰਿਹਾ ਮੈਂ ਬੇਨਤੀ ਕਰਾਂਗਾ ਇਹਨਾਂ ਵੀਰਾਂ ਨੂੰ ਔਰ ਲਓ ਜੀ ਜਿਹੜਾ ਕਬੱਡੀ ਦਾ ਪਹਿਲਾ ਮੁਕਾਬਲਾ ਖੇਡ ਮੈਦਾਨ ਵਿੱਚ ਹੋਣਾ ਬਘੇਲੇ ਵਾਲਾ ਪਿੰਡ ਤੇ ਫਤਿਹਗੜ੍ਹ ਸਾਹਿਬ ਔਰ ਜਲਾਲ ਤੇ ਚਾਂਦਾ ਬੋੜੇਵਾਲ ਤੇ ਤਲਵੰਡੀ ਭਾਈ ਦਾ ਤੀਸਰਾ ਮੈਚ ਚੌਥਾ ਮੈਚ ਚੋਹਲਾ ਸਾਹਿਬ ਤੇ ਲੱਖਣ ਕੇ ਪੰਡਾ ਔਰ ਪੰਜਵਾਂ ਮੈਚ ਫਤਿਹ ਝੰਡਾ ਦੇ ਨੇਧਾਂ ਵਾਲਾ ਔਰ ਉਸ ਤੋਂ ਬਾਅਦ
ਮੈਂ ਜਿਹੜਾ ਹੋਣਾ ਸੁਰ ਸਿੰਘ ਤੇ ਵਕੀਲਾਂ ਵਾਲਾ, ਲੋਹਾਮ ਤੇ ਜੋਗੇ ਵਾਲਾ, ਮਾਲਾ ਤੇ ਲੰਡੇ ਦੀ, ਇਹ ਜਿਹੜੀਆਂ ਟੀਮਾਂ ਸਾਰੀਆਂ ਆਪਣੇ ਮੈਚ ਨੋਟ ਕਰ ਲੈਣ। ਵਿੱਕੀ ਬਰਾੜ USA ਤੋਂ ਕਹਿੰਦੇ ਵੀ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਇਸ ਕਬੱਡੀ ਨਾਲ ਜੁੜ ਚੁੱਕੇ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਵਿੱਕੀ ਬਰਾੜ USA ਸਾਡੇ ਪ੍ਰਵਾਸੀ ਵੀਰ, ਨਾਲ ਸਾਡੇ ਵੀਰ ਤੀਰਥ USA। ਮੈਂ ਪਹਿਲੇ ਮੈਚ ਦੀ ਜਿਹੜੀ ਟੀਮ ਆ ਉਹਨੂੰ 5 ਮਿੰਟ ਦਾ ਸਮਾਂ ਦੇਵਾਂਗਾ, ਬਘੇਲਾ ਤੇ ਫਤਿਹਗੜ੍ਹ ਸਾਹਿਬ ਦੋਵੇਂ ਜਿਹੜੀਆਂ ਟੀਮਾਂ ਕੱਪੜੇ ਉਤਾਰ ਕੇ ਜਲਦੀ ਨਾਲ ਖੇਡ ਮੈਦਾਨ ਦੇ ਵੱਲ ਪੁੱਜ ਜਾਣ। ਉਸ ਤੋਂ ਬਾਅਦ ਜਲਾਲ ਤੇ ਚੌਂਦਾ, ਜਲਾਲ ਵਾਸੇ ਚੌਂਦਾ, ਬੂੜੇਵਾਲ ਤੇ ਤਲਵੰਡੀ ਭਾਈ, ਚੋਲਾ ਸਾਹਿਬ ਤੇ ਲਖਣਗੇ ਬੰਦੇ, ਫਕਰ ਝੰਡਾ ਨੇਧਾ ਵਾਲਾ, ਲੋਹਾਮ ਤੇ ਜੋਗੇ ਵਾਲਾ, ਚੋਲਾ ਸਾਹਿਬ ਤੇ ਨੋਟ ਕਰਨ ਲਈ ਲਖਣਗੇ ਬੰਦੇ ਦੀਆਂ ਟੀਮਾਂ, ਲੰਡਾ ਤੇ ਲੰਡੇ ਤੇ ਮਾਲਾ, ਨਾਲ ਹੀ ਸੁਰ ਸਿੰਘ ਤੇ ਵਕੀਲਾਂ ਵਾਲਾ। 16 ਟੀਮਾਂ, 8 ਮੈਚ ਹੈ ਤੇ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ ਉਧਰਲੇ ਬੰਨੇ ਆਪਣੀ ਹਿੱਕ ਦੇ ਪ੍ਰੇਤਾ ਭਰਦਾ ਹੋਇਆ ਮੇਰਾ ਵੀਰ ਵੀਰਾ ਸ਼ਾਹ ਕੋਟੀਆ, ਤੀਰਥ ਧਾਲੀਵਾਲ ਸਾਡਾ ਵੀਰ USA ਤੋਂ, ਉਹ ਵੀ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਇਸ ਖੇਡ ਮੈਦਾਨ ਵਿੱਚ ਕਬੱਡੀ ਦੇ ਮੈਚਾਂ ਨੂੰ ਉਸ ਵੀਰ ਨੇ ਤੱਕਣਾ, ਉਹ ਵੀ ਕਹਿੰਦੇ ਸਾਡੇ ਨਾਲ ਸਿੱਧਾ ਜੁੜ ਚੁੱਕਾ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਧਰਲੇ ਬੰਨੇ ਰੈਂਪਾ ਹਰਾਜ ਕਰਨ ਮਹੀਆਂ ਵਾਲਾ, ਗੀਤਾ ਗੱਜਰਵਾਲ ਦਾ, ਉਹ ਵੀ ਇਸ ਮੈਚਾਂ ਦੇ ਨਜ਼ਾਰੇ ਮੇਰੇ ਵੀਰ ਨੇ ਤੱਕਣੇ ਹੈ। ਤੇ ਨਾਲ ਕਹਿੰਦੇ ਵੀ ਭੋਲਾ ਬਮੀਹੇ ਭਾਈ ਦਾ, ਜਲੰਧਰ ਸਿੰਘ ਜੀ ਸਿੱਧੂ, ਨਾਲ ਅਵਤਾਰ ਬਰਾੜ ਲੰਘਿਆਣਾ, ਉਹ ਵੀ ਵੀਰ ਆਖਦਾ ਵੀ ਕੱਲ੍ਹ ਜਿਹੜੇ ਕਬੱਡੀ ਦੇ ਮੈਚ ਤੁਸੀਂ ਸ਼ੁਰੂ ਕਰਵਾਉਣੇ ਹੈ, ਪਹਿਲਾ ਮੁਕਾਬਲਾ ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ, 5 ਮਿੰਟ ਦਾ ਟਾਈਮ ਲਾ ਲਓ। ਰੈਫਰੀ ਸਾਹਿਬਾਨਾਂ ਨੂੰ ਮੇਰੀ ਬੇਨਤੀ ਹੈ, ਜਿੰਨੇ ਵੀ ਰੈਫਰੀ ਸਾਹਿਬਾਨ ਪੁੱਜੇ ਹੈ ਸਾਰਿਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ, ਔਰ ਬਹੁਤ ਸਤਿਕਾਰ ਦੇ ਯੋਗ ਵੀਰ ਹੈ, ਜੀਆਂ ਆਖਾਂਗੇ ਰੈਫਰੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਤੇ ਸਮਾਂ ਜਿਹੜਾ ਅਸੀਂ ਚਾਲੂ ਕਰਾਂਗੇ। 5 ਮਿੰਟ ਦੇ ਵਿੱਚ ਜਿਹੜੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ, ਮੇਰੇ ਨਾਲ ਮਾਈਕ ਦੇ ਉੱਪਰ ਸਾਥ ਦੇਣਗੇ ਦਲਬਾਗ ਗੱਜਣ ਵਾਲਾ। ਜਲਦੀ ਨਾਲ ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ ਜੀ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ। ਉਧਰਲੇ ਬੰਨੇ ਮਾਝੇ ਦੇ ਮਜਾਇਲ ਨੇ ਆਪਣੀ ਹਿੱਕ ਦੇ ਉੱਪਰ ਇੱਟਾਂ ਭੰਨੀਆਂ, ਇੱਟਾਂ ਭੰਨੀਆਂ ਛੱਡ ਦਿਓ, ਇੱਟਾਂ ਬਹੁਤ ਮਹਿੰਗੀਆਂ ਹੋ ਗਈਆਂ, ਹੁਣ ਕੋਈ ਗੁਰਦਾਨਪੁਰ ਤੋਂ ਭਰਾਵੋ ਕਰ ਲਿਆ ਕਰੋ, ਕਿਉਂਕਿ ਰੇਤਾਂ ਤੇ ਵੀ ਸਰਕਾਰ ਨੇ ਰੋਕ ਲਾਈ ਹੈ, ਇੱਟਾਂ ਤੇ ਵੀ ਕੁਝ ਲੱਗਾ ਹੋਇਆ, ਭੱਜ ਭੁੱਜ ਲਿਆ ਕਰੋ, ਮੋਟਰ ਮੋਟਰਸਾਈਕਲ ਖਿੱਚ ਲਿਆ ਕਰੋ, ਇੱਟਾਂ ਨਾ ਭੰਨਿਆ ਕਰੋ। ਔਰ ਮੇਰੀ ਬੇਨਤੀ ਬਘੇਲਾ ਤੇ ਫਤਿਹਗੜ੍ਹ ਸਾਹਿਬ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਣ। ਔਰ ਨਾਲ ਮੇਰੀ ਬੇਨਤੀ ਤਲਵੰਡੀ ਭਾਈ ਤੇ ਬੂਰੇ ਵਾਲਾ ਪਿੰਡ ਜੀ, ਇਹ ਵੀ ਦੋਵੇਂ ਟੀਮਾਂ ਜਿਹੜੀਆਂ ਕਰ ਤਿਆਰੀ ਖੇਡ ਮੈਦਾਨ ਦੇ ਵੱਲ ਪੁੱਜਣਗੀਆਂ। ਚੋਲਾ ਸਾਹਿਬ ਤੇ ਲਖਣਗੇ ਬੰਡੇ, ਸੁਰ ਸਿੰਘ, ਫਕਰ ਝੰਡਾ ਤੇ ਨੇਧਾਂ ਵਾਲਾ, ਲੋਹਾਮ ਤੇ ਜੋਗੇ ਵਾਲਾ,
ਅਰਸੁਰ ਸਿੰਘ ਤੇ ਵਕੀਲਾਂ ਵਾਲਾ ਮਾਲਾ ਵਰਸੇ ਲੰਡੇ ਇਹ ਜਿਹੜੀਆਂ ਟੀਮਾਂ ਆਪੋ ਆਪਣੇ ਮੈਚਾਂ ਲਈ ਕਰ ਤਿਆਰੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਕਿਸੇ ਟੀਮ ਦਾ ਅਸੀਂ 5 ਮਿੰਟ ਤੋਂ ਬਾਅਦ ਇੰਤਜ਼ਾਰ ਨਹੀਂ ਕਰਨਾ ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਇੱਕ ਦੋ ਜਿਹੜੇ ਮਿੰਟ ਬੀਤ ਚੁੱਕੇ ਆ 3 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਤੇ ਜਲਦੀ ਨਾਲ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਅਸੀਂ ਸਾਰੇ ਖਿਡਾਰੀਆਂ ਦਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਵੀਰ ਦੂਰ ਦੂਰ ਤੋਂ ਪੁੱਜੇ ਕੋਈ ਮਾਝੇ ਚੋਂ ਕੋਈ ਦੁਆਬੇ ਚੋਂ ਕੋਈ ਮਾਲਵੇ ਦੇ ਵਿੱਚੋਂ ਅੱਜ ਇਹ ਮਾਲਵੇ ਦੀ ਧਰਤੀ ਹੈ ਮਾਛੀਪੂਰਾ ਪਿੰਡ ਕਬੱਡੀ ਯੱਗ ਵਿੱਚ ਅੱਜ ਤੇ ਸਤਿਕਾਰ ਦੇ ਨਾਲ ਇਸ ਪਿੰਡ ਦਾ ਨਾਮ ਲਿਆ ਜਾਂਦਾ ਕਿਉਂਕਿ ਪੰਜਾਬ ਭਰ ਦੇ ਖਿਡਾਰੀ ਇਸ ਧਰਤੀ ਤੇ ਖੇਡ ਕੇ ਮਾਣ ਮਹਿਸੂਸ ਕਰਦੇ ਹੈ ਅੱਜ ਮੈਂ ਦੇਖਦਾ ਵੀ ਦਰਸ਼ਕ ਵੀਰ ਵੀ ਉਨੀ ਦੂਰੋਂ ਪੁੱਜੇ ਹੈ ਔਰ ਮੈਂ ਦੇਖਦਾ ਵੀ ਵੱਡਾ ਪੈਂਡਾ ਤੈਅ ਕਰਕੇ ਜਿਹੜੇ ਵੀਰ ਅੱਜ ਇਸ ਧਰਤੀ ਤੇ ਪੁੱਜੇ ਹੈ ਅਸੀਂ ਧੰਨਵਾਦ ਕਰਦੇ ਹਾਂ ਤੇ ਕਬੱਡੀ ਦੀ ਜਿਹੜੀ ਟੀਮ ਹੈ ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ ਉਹ ਗਰਾਊਂਡ ਦੇ ਵਿੱਚ ਪੁੱਜੋ ਹੈਲੋ ਹੈਲੋ ਠੀਕ ਆ ਬਾਈ ਹੈਲੋ ਥੱਲੇ ਬਾਈ ਬੰਦੇ ਰਸੂਲਪੁਰ ਦੀ ਟੀਮ ਬਾਈ ਐਂਟਰ ਕਰ ਲਓ ਐਂਟਰੀ ਫੀਸ ਆਪਦੀ ਦੇ ਗਏ ਆ ਐਂਟਰ ਕਰ ਲਓ ਰਸੂਲਪੁਰ ਸੁਖਪ੍ਰੀਤ ਜੀ 1 ਮਿੰਟ ਦੇ ਜੀ ਗੁਰਦੀਪ ਸਿੰਘ ਜੀ ਬਰਾੜ ਝੰਜੀਆਂ ਤੇ ਬੱਬੂ ਝੰਜੀਆਂ ਉਹ ਇੱਥੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਆ ਵੀ ਉਹ ਆ ਕੇ ਇੱਥੇ ਸਾਡੀ VIP ਗੈਲਰੀ ਦੇ ਵਿੱਚ ਬੈਠ ਜਾਣ ਤੇ ਮੰਗਤ ਵੀਰ ਸਰਪੰਚ ਝੰਜੀਆਂ ਜੇ ਕਿਤੇ ਉਹ ਆਵਾਜ਼ ਸੁਣਦਾ ਹੈ ਮੇਰਾ ਵੀਰ ਜਿੱਥੇ ਵੀ ਹੈ ਸਾਡੇ ਨਾਲ ਰਾਬਤਾ ਕਾਇਮ ਕਰੇ ਆ ਕੇ VIP ਗੈਲਰੀ ਉਹਨਾਂ ਵਾਸਤੇ ਆ ਉਹ ਆਪਣੀ VIP ਗੈਲਰੀ ਦੇ ਵਿੱਚ ਆ ਕੇ ਬੈਠ ਜਾਣ ਹੈਲੋ ਮੰਗਤ ਸੁਖਪ੍ਰੀਤ ਪ੍ਰਵਾਨ ਜੀ 1 ਮਿੰਟ ਦਿਓ ਯਾਦਵਿੰਦਰ ਸਿੰਘ ਜੀ ਬਰਾੜ ਸਾਹਿਬ ਜੋ ਖਜ਼ਾਨਾ ਮੰਤਰੀ ਇਸ ਟੂਰਨਾਮੈਂਟ ਕਮੇਟੀ ਦੇ ਹੈ ਨਵਤੇਜ ਬਰਾੜ ਜੀ ਨੂੰ ਮਿਲ ਲੈਣ ਖੇਡ ਮੈਦਾਨ ਦੇ ਵਿੱਚ ਆ ਕੇ ਖਿਡਾਰੀ ਵੀਰੋ ਟੀਮਾਂ ਦਾ ਸਮਾਂ ਜਿਹੜਾ ਖਤਮ ਹੋ ਚੁੱਕਾ ਬਘੇਲੇ ਵਾਲਾ ਪਿੰਡ ਫਤਿਹਗੜ੍ਹ ਸਾਹਿਬ ਦੋਵੇਂ ਜਿਹੜੀਆਂ ਟੀਮਾਂ ਬਿਨਾਂ ਦੇਰੀ ਦੇ ਗਰਾਊਂਡ ਦੇ ਵਿੱਚ ਪੁੱਜ ਜਾਣ ਨਾਲ ਮੈਂ ਬੇਨਤੀ ਕਰਦਾ ਬੋੜੇ ਵਾਲਾ ਤੇ ਤਲਵੰਡੀ ਭਾਈ ਜੀ ਇਹ ਜਿਹੜੀਆਂ ਟੀਮਾਂ ਦੂਸਰੇ ਮੈਚ ਦੀਆਂ ਤੀਸਰਾ ਮੈਚ ਚੋਹਲਾ ਸਾਹਿਬ ਤੇ ਲੱਖਣ ਕੇ ਵੱਡਾ ਜੀ ਚੌਥਾ ਮੈਚ ਫੱਕਰ ਝੰਡਾ ਤੇ ਨੇਧਾ ਵਾਲਾ ਜੀ ਪੰਜਵਾਂ ਮੈਚ ਲੋਹਾਨ ਤੇ ਜੋਗੇ ਵਾਲਾ ਛੇਵਾਂ ਮੈਚ ਲੰਡੇ ਵਰਸੇ ਮਾਲਾ ਦੇ ਜਲਾਲ ਵਰਸੇ ਚਾਹੁੰਦਾ ਇਹ ਜਿਹੜੀਆਂ ਟੀਮਾਂ ਆਪ ਆਪਣੇ ਮੈਚ ਨੋਟ ਕਰ ਲੈਣ ਤੇ ਜਲਦੀ ਨਾਲ ਬਘੇਲਾ ਤੇ ਫੱਕਰ ਝੰਡੇ ਦੀ ਟੀਮ ਨੂੰ ਹੁਣ ਲਾਸਟ ਬੇਨਤੀ ਹੈ ਉਹ ਖਿਡਾਰੀ ਵੀਰ ਖੇਡ ਮੈਦਾਨ ਦੇ ਵਿੱਚ ਪੁੱਜਣ ਬੂਟੇ ਮਾੜੀ ਜੀ ਗੱਲ ਸੁਣੀ ਵੀਰੇ ਰਸੂਲਪੁਰ ਟੀਮ ਤੋਂ ਆਪਦੀ ਜ਼ਿੰਮੇਵਾਰੀ ਨਾਲ ਐਂਟਰ ਕਰ ਲਾ ਪਰਚੀ ਕੱਟਦੀ ਹੈ ਐਂਟਰੀ ਫੀਸ ਆਪਦੀ ਉਹ ਦੇ ਚੁੱਕੇ ਹੈ ਉਹਨਾਂ ਦੀ ਟੀਮ ਐਂਟਰ ਕਰ ਲਓ ਰਸੂਲਪੁਰ
ਆਉਂਦੇ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਦੱਸਿਆ ਵੀ ਅੱਜ ਮੇਰੀ ਜਮਨ ਪੁੰਜ ਦੇ ਕਬੱਡੀ ਦੇ ਮੁਕਾਬਲੇ ਬਹੁਤ ਤਕੜੇ ਹੋਣੇ ਆ। ਉਹ ਵੀ ਵੀਰ ਨੈੱਟ ਨਾਲ ਜੁੜ ਚੁੱਕੇ ਆ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਤੇ ਜਲਦੀ ਨਾਲ ਮੇਰੀ ਬੇਨਤੀ ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ ਰੈਫਰੀ ਸਾਹਿਬਾਨ ਕਿੱਥੇ ਆ ਜੀ, ਗਰਾਊਂਡ ਦੇ ਵਿੱਚ ਪੁੱਜਣ ਬੇਨਤੀ। ਸਾਡੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਮੋਹਨ ਸਿੰਘ ਜੀ ਸਰਪੰਚ ਸਾਹਿਬ ਇਸ ਨਗਰ ਦੀ ਮੇਜ਼ਬਾਨੀ ਕਰਦੇ ਆ, ਉਹਨਾਂ ਵੱਲੋਂ ਬਹੁਤ ਵੱਡੇ ਆਦਰ ਸਤਿਕਾਰ ਪੁੱਜੇ ਆ, ਆਪਾਂ ਧੰਨਵਾਦ ਕਰਦੇ ਹਾਂ। ਰੈਫਰੀ ਸਾਹਿਬਾਨ ਮੇਰੀ ਬੇਨਤੀ ਆ ਜੀ, ਗਰਾਊਂਡ ਦੇ ਵਿੱਚ ਆਓ ਜੀ। ਬਾਈ ਜੀ ਮਾਛੀ ਹੋਰੇ ਟੀਮ ਨੂੰ ਬੇਨਤੀ ਹੈ ਕਿ ਉਹ ਆਪਦਾ ਨਾਮ ਲੈਣ ਗਰਾਊਂਡ ਦੇ ਵਿੱਚ ਆ ਕੇ। ਮਾਛੀ ਹੋਰੇ ਖਿਡਾਰੀਆਂ ਨੂੰ ਬੇਨਤੀ ਆ ਕਿ ਉਹ ਗਰਾਊਂਡ ਦੇ ਉੱਤੇ ਆ ਕੇ ਆਪਦਾ ਪਹਿਲਾ ਨਾਮ ਲੈ ਲਓ ਜੀ। ਰੈਫਰੀ ਸਾਹਿਬਾਨ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਵੀ ਰੈਫਰੀ ਸਾਹਿਬਾਨ ਜਿਹੜੇ ਗਰਾਊਂਡ ਦੇ ਵਿੱਚ ਆਉਣ ਦੀ ਜਲਦੀ ਨਾਲ, ਰੈਫਰੀ ਕਾਫੀ ਆ ਗਰਾਊਂਡ ਦੇ ਵਿੱਚ ਕਿਉਂ ਨਹੀਂ ਪਹੁੰਚ ਰਹੇ, ਕੁਝ ਜ਼ਿੰਮੇਵਾਰੀਆਂ। ਮੈਂ ਬੇਨਤੀ ਕਰਾਂਗਾ ਗੁਰਜੀਤ ਲੰਗਿਆਣਾ ਰਣਜੀਤ ਦੌਲੀ ਸੁਲਿਆਣੀ ਪਿੰਡ ਦਾ, ਜਲਦੀ ਨਾਲ ਅਜਮੇਰ ਆਲਮ ਵਾਲਾ ਤੇ ਸਾਡੇ ਸਾਰੇ ਸਤਿਕਾਰਯੋਗ ਰੈਫਰੀ ਹੈ ਗਰਾਊਂਡ ਦੇ ਵਿੱਚ ਪੁੱਜਣ ਦੀ ਜਲਦੀ ਨਾਲ। ਔਰ ਲਾਸਟ ਬੇਨਤੀ ਕਰ ਰਿਹਾ ਜੀ, ਉਧਰਲੇ ਬੰਨੇ ਕਬੱਡੀ ਦਾ ਮਹਾਨ ਖਿਡਾਰੀ ਲਾਲਾ ਤਲਵੰਡੀ ਦਾ, ਦੁਨੀਆਂ ਵਿੱਚ ਵੱਡੀ ਪ੍ਰਸਿੱਧੀ ਖੱਟੀ ਹੈ ਜਿਸ ਨੌਜਵਾਨ ਨੇ ਐਸੇ ਗਰਾਊਂਡ ਦੇ ਵਿੱਚ 25,000 ਰੁਪਏ ਦਾ ਜਫਾ ਲਾਇਆ, 40 ਸਾਲ ਦਾ ਸ਼ੋਅ ਮੈਚ ਵਿੱਚ, ਇਹ ਵੀ ਰਿਕਾਰਡ ਹੈ ਇਸ ਨੌਜਵਾਨ ਦਾ। ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਮਾਨ ਨਾਲ ਜਿਹੜਾ ਨਾਮ ਲਿਖਿਆ ਲਾਲ ਸਿੰਘ ਲਾਲਾ ਤਲਵੰਡੀ ਭਾਈ, 54 ਕਿਲੋ ਮਾਛੀ ਬਹੁਰੇ ਦੀ ਟੀਮ, ਉਹ ਪ੍ਰਾਈਜ਼ ਲੈ ਲਵੇ ਸਾਡੇ ਕੋਲੋਂ ਆ ਕੇ ਜਲਦੀ ਨਾਲ। ਰੈਫਰੀ ਸਾਹਿਬਾਨਾਂ ਨੂੰ ਵਾਰ ਵਾਰ ਯਾਰ ਬੇਨਤੀ ਕਰਦੇ ਕਿਉਂ ਨਹੀਂ ਪਹੁੰਚਦੇ। ਉਧਰਲੇ ਬੰਨੇ ਨੀਟਾ ਬਰਾੜ ਜੀ ਕਨੇਡਾ ਦੇ ਵਿੱਚ ਬੈਠਾ ਜੁੜ ਚੁੱਕਾ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਇਹਨਾਂ ਖੇਡ ਮੈਦਾਨਾਂ ਨਾਲ। ਉਧਰਲੇ ਬੰਨੇ ਵੀਰ ਦੀ ਨਿੱਜੀ ਘਰ ਤੋਂ ਬਣਦਾ ਬੋਲੋ ਮਾੜਾ ਜਾ, ਇਹ ਯਾਰ ਆ ਜਾਣ ਨਾ ਖਾਣ, ਅਸੀਂ ਕਿਹਾ ਹੁਣ ਸਕਿਉਰਟੀ ਵਾਲੇ ਕੀ ਕਰਦੇ ਯਾਰ, ਸਕਿਉਰਟੀ ਕਿਹਾ ਜੀ ਇੱਥੇ ਵਿੱਚ ਲਾਜ਼ਮੀ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਰੈਫਰੀ ਸਾਹਿਬਾਨ ਅਜਮੇਰ ਜੀ ਗੁਰਜੀਤ ਇੱਕ ਮਿੰਟ ਲਾ ਲਓ, ਮੈਂ ਤੁਹਾਨੂੰ ਤਾਂ ਮਿਲਾਇਆ ਵੀ ਤੁਸੀਂ ਟੀਮਾਂ ਦਾ ਸਮਾਂ ਲਾ ਲਓ, ਇੱਕ ਮਿੰਟ ਦੇ ਵਿੱਚ ਜੇ ਆਉਂਦੀ ਹੈ ਤਾਂ ਠੀਕ ਹੈ, ਨਹੀਂ ਕੱਢ ਦਿਓ। ਬੂੜੇਵਾਲ ਤੇ ਤਲਵੰਡੀ ਭਾਈ ਜੀ ਦੂਸਰਾ ਮੈਚ ਹੈ ਟੀਮਾਂ ਦਾ, ਬੂੜੇਵਾਲ ਤੇ ਤਲਵੰਡੀ ਭਾਈ ਕਿਰਪਾ ਕਰਕੇ ਇਸ ਏਰੀਏ ਦੀ ਸਤਿਕਾਰਯੋਗ ਟੀਮ ਹੈ ਜੀ। ਦੂਜਾ ਮੈਚ ਬੋਲਦਾ ਫਤਿਹਗੜ੍ਹ ਸਾਹਿਬ ਵਾਲੇ ਤੋਂ ਮੇਰੇ ਦੋਵੇਂ ਮਾੜੇ ਯਾਰ ਇੱਥੇ ਦੂਜਾ ਬੋਲ ਦਿਓ। ਠੀਕ ਆ ਜੀ, ਏਦਾਂ ਦਾ ਬਰਾੜ ਸਾਹਿਬ ਕੰਮ ਸਾਰਾ ਹੀ ਉਲਟ ਪੁਲਟ ਹੋ ਜਾਣਾ ਯਾਰ, ਇਹ ਲਾਓ ਬਾਤੂ ਤਾਂ ਮੈਂ ਨੀ ਬੋਲਿਆ। ਜਲਦੀ ਨਾਲ ਜਿਹੜੀ ਟੀਮ ਬਰਾੜ ਸਾਹਿਬ ਜੀ, ਟੀਮਾਂ ਸਾਰੀਆਂ ਹੀ ਕਹੀ ਜਾਂਦੀਆਂ ਸਾਡੇ ਮੈਚ ਅੱਗੇ ਕਰ ਦਿਓ ਪਿੱਛੇ ਕਰ ਦਿਓ, ਇੱਦਾਂ ਗੱਲ ਨਹੀਂ ਬਣਨੀ। ਕਿਰਪਾ ਕਰਕੇ ਜਿਹੜਾ ਸਟੂਲ ਬਣਿਆ ਉਹਨੂੰ ਬਣਿਆ ਰਹਿਣ ਦਿਓ, ਤੇ ਆ ਦਰਸ਼ਕ ਵੀਰ ਵੇਖੋ ਵੀ ਮੈਨੂੰ ਤਾਂ ਬੋਲਣ ਦੇ ਪੈਸੇ ਮਿਲਣੇ ਆ, ਖਿਡਾਰੀਆਂ ਨੂੰ ਖੇਡਣ ਦੇ ਪੈਸੇ ਮਿਲਣੇ ਆ, ਜਿਹੜੇ ਹਜ਼ਾਰਾਂ
ਦਰਸ਼ਕ ਵੀਰ ਆ, ਇਹਨਾਂ ਦਾ ਕੀ ਕਸੂਰ ਹੈ? ਖਿਡਾਰੀ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਜਿਹੜੀ ਟੀਮ ਬੋੜੇਵਾਲਾ ਤੇ ਫਤਿਹਗੜ੍ਹ ਸਾਹਿਬ ਤਲਵੰਡੀ ਨੇੜਾ ਵਾਲਾ, ਉਹ ਵੀ ਟੀਮ ਆਪਣੀ ਤਿਆਰੀ ਕਰ ਲਵੇ ਬਘੇਲੇ ਵਾਲਾ ਤੇ ਫਤਿਹਗੜ੍ਹ ਸਾਹਿਬ। ਨਾਲ ਮੈਂ ਬੇਨਤੀ ਕਰਦਾ ਬੋੜੇਵਾਲਾ ਤੇ ਤਲਵੰਡੀ ਭਾਈ, ਇਹ ਮੈਚ ਆ ਪਹਿਲੇ ਦੂਜੇ, ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਦੇਖੋ ਘੱਟੋ ਘੱਟ ਮੇਰੇ ਹਿਸਾਬ ਦੇ ਨਾਲ ਡੇਢ ਵੱਜ ਗਿਆ, ਦੱਸੋ ਬਰਾੜ ਸਾਹਿਬ ਕਿੰਨਾ ਟਾਈਮ ਹੋ ਗਿਆ? ਲਾ ਜੀ ਦੋ ਬੱਬੂ ਧੰਨਿਆ। ਟੂਰਨਾਮੈਂਟ ਕਮੇਟੀ ਦੀ 61,000 ਰੁਪਇਆ ਮਾਕਸਾ ਕਰਦੇ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ, ਬਹੁਤ ਬਹੁਤ ਧੰਨਵਾਦ ਕਰਦੇ। ਉਧਰਲੇ ਬੰਨੇ ਦਰਸ਼ਕ ਵੀਰੋ ਵੇਖੋ, ਕੋਈ ਟੈਂਪੋ ਕਰਾ ਕੇ ਲਿਆਇਆ, ਕੋਈ ਟਰੈਕਟਰ ਤੇ ਆਇਆ, ਕੋਈ ਚੜ ਗੱਡੀ ਮੋਟਰਸਾਈਕਲ ਜਿਵੇਂ ਵੀ ਪੁੱਜੇ, ਧੰਨਵਾਦ ਹੈ। ਪਰ ਮੈਂ ਖਿਡਾਰੀ ਵੀਰਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਮੈਨੂੰ ਹੱਥੀ ਛਾਵਾਂ ਕੀਤੀਆਂ ਤੇ ਡਿੱਗਦੇ ਦੀ ਫੜੀ ਮੇਰੀ ਬਾਂਹ ਏ, ਮੇਰੇ ਕੋਲੇ ਕੀ ਆ, ਮੇਰੇ ਮਾਲਕਾ ਤੇਰੀ ਦੁਨੀਆਂ ਦਾ ਦਿੱਤਾ ਹੋਇਆ ਨਾ ਏ, ਇਹ ਨਾਮ ਬਣਦਾ ਇਹ ਦਰਸ਼ਕ ਵੀਰਾਂ ਕਰ। ਔਰ ਬੇਨਤੀ ਹੈ ਵੀ ਜਿਹੜੀ ਟੀਮ ਫਤਿਹਗੜ੍ਹ ਸਾਹਿਬ ਤੇ ਬਘੇਲੇ ਵਾਲਾ ਪਿੰਡ ਲੰਘੀਆਂ ਨੀ ਆ, ਗੁਰਜੀਤ ਤੇ ਇੱਕ ਮਿੰਟ ਲਾ ਲਾ ਨੌਜਵਾਨਾਂ, ਜੇ ਟੀਮ ਪੁੱਜਦੀ ਹੈ ਤੇ ਫਤਿਹਗੜ੍ਹ ਸਾਹਿਬ ਵਾਲੇ ਬਹੁਤ ਦੂਰੋਂ ਆਏ ਯਾਰ, ਬੜੇ ਥੋੜੇ ਹੁਣੇ ਆ ਕੇ ਪਹੁੰਚੇ ਤੇ ਦੂਜਾ ਮੈਚ ਕਰਾਵੇ, ਇਹ ਤੋਂ ਗਾਹ ਕਹੇ ਟੀਮ ਦਾ ਮੈਚ ਅੱਗੇ ਵਿੱਚ ਰੋਣਾ ਬੋਲ। ਆ ਫੋਨ ਜਿਹੜਾ ਤਲਵੰਡੀ ਦੇ ਰਮਣੇ ਦਾ ਮੈਨੂੰ ਆਈ ਜਾਂਦਾ, ਉਹਨੇ ਵੀ ਕਹਿਣਾ ਮੇਰਾ ਮੈਚ ਪਿੱਛੇ ਕਰ ਦਿਓ, ਦੇਖੋ ਲਿਖਿਆ ਪੜ੍ਹ ਲਾ ਵੇਖਾ ਕੀ ਲਿਖਿਆ, ਏਦਾਂ ਕੰਮ ਨੀ ਚੱਲਣਾ ਵੀਰ ਜੀ। ਚੱਲ ਠੀਕ ਆ ਵੀ ਆਪਦੀ ਮਰਜ਼ੀ ਨਾਲ ਕਰਾਓ, ਫੇਰ ਅੱਗੇ ਪਿੱਛੇ ਨਾ ਕਰੋ, ਏਦਾਂ ਜਿਵੇਂ ਸਟਿਊਲ ਬਣਿਆ ਉਦਾਂ ਬਣਿਆ ਰਹਿਣ ਦਿਓ। ਕਿਰਪਾ ਕਰਕੇ ਜਿਹੜੀਆਂ ਟੀਮਾਂ ਸੀ ਕਿਸੇ ਦਾ ਮੈਚ ਪਿੱਛੇ ਅੱਗੇ ਨਹੀਂ ਕਰਨਾ, ਤੇ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਜਿਵੇਂ ਜਿਵੇਂ ਅਸੀਂ ਬੁਲਾ ਰਹੇ ਹਾਂ ਉਸੇ ਤਰ੍ਹਾਂ ਟੀਮਾਂ ਪੁੱਜਦੀਆਂ ਜਾਣ। ਔਰ ਇੱਕ ਵੀਰ ਕਹਿੰਦੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਆਇਆ, ਔਰ ਦੱਸਦੇ ਆ ਵੀ ਮਾਛੀ ਬੁਗਰੇ ਦੀ ਕਬੱਡੀ ਦੀ ਜਿਹੜੀ ਚਰਚਾ ਪੂਰੇ ਵਰਲਡ ਵਿੱਚ ਹੈ, ਧੰਨਵਾਦ ਕਰਦੇ ਹਾਂ ਫਤਿਹਗੜ੍ਹ ਸਾਹਿਬ ਤੇ ਬਘੇਲੇ ਵਾਲਾ ਪਿੰਡ। ਜਲਦੀ ਨਾਲ ਸਾਨੂੰ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰਨ, ਨਹੀਂ ਦੋਵੇਂ ਜਿਹੜੀਆਂ ਟੀਮਾਂ ਅਸੀਂ ਕੱਟਣ ਜਾ ਰਹੇ ਹਾਂ। ਔਰ ਨਾਲ ਮੇਰੀ ਬੇਨਤੀ ਬੋੜੇਵਾਲਾ ਤੇ ਤਲਵੰਡੀ ਭਾਈ ਪਿੰਡ, ਉਸ ਤੋਂ ਬਾਅਦ ਚੋਹਲਾ ਸਾਹਿਬ ਲਖਣ ਕੇ ਪੱਡੇ ਫਕਰ ਝੰਡਾ ਮਹਿਦਾ ਵਾਲਾ ਲੁਹਾਮ ਜੋਗੇ ਵਾਲਾ ਜਲਾਲ ਤੇ ਚਾਂਦਾ ਸੁਰ ਸਿੰਘ ਤੇ ਵਕੀਲਾਂ ਵਾਲਾ, ਇਹ ਜਿਹੜੀਆਂ ਟੀਮਾਂ ਆਪਣੇ ਮੈਚਾਂ ਦੀਆਂ ਨੋਟ ਕਰ ਲੈਣ, ਲੰਡੇ ਤੇ ਮਾਲਾ ਦੀ, ਇਹ ਸਾਰੀਆਂ ਟੀਮਾਂ ਆਪੋ ਆਪਣੀ ਮੈਚਾਂ ਦੀਆਂ ਆਪਣੀ ਤਿਆਰੀ ਰੱਖਣ। ਗੁਰਜੀਤ ਜਦੋਂ ਇੱਕ ਮਿੰਟ ਪੂਰਾ ਹੋ ਗਿਆ ਮੈਨੂੰ ਵਿਸਲ ਮਾਰ ਦਿਓ। ਆ ਜਿਹੜੇ ਵੀਰ ਸਕੂਲ ਵਾਲੇ ਛੱਤ ਤੇ ਬੈਠੇ, ਉਹਨਾਂ ਨੂੰ ਬੇਨਤੀ ਹੱਥ ਬੰਨ ਕੇ ਤੇ ਵੀ ਥੱਲੇ ਆ ਜਾਓ, ਨਹੀਂ ਫਿਰ ਅਸੀਂ ਸਖਤੀ ਕਰਾਂਗੇ, ਕਿਉਂਕਿ ਪਿੱਛੇ ਬੱਚਿਆਂ ਦੇ ਪੇਪਰ ਹੋ ਰਹੇ ਆ, ਤੁਸੀਂ ਉਹਨਾਂ ਨੂੰ ਡਿਸਟਰਬ ਕਰ ਰਹੇ ਆ, ਬੇਨਤੀ ਆ ਕਿ ਥੱਲੇ ਆ ਜਾਓ, ਨਹੀਂ ਅਸੀਂ ਸਖਤੀ ਵਰਤਾਂਗੇ। ਬਾਬਾ ਜੀ 58 ਕਿਲੋ ਤੁਹਾਡਾ ਪਹਿਲੇ ਨਾਮ ਆ, ਥੱਲੇ ਆ ਕੇ ਜੀ ਨਾਮ ਦਿਓ, ਸਰਪੰਚ ਸਾਹਿਬ ਤੇਜ ਸਿੰਘ ਕੈਨੇਡੀਅਨ ਤੇ ਬਾਬਾ ਜੋਰਾ ਸਿੰਘ ਜੀ, ਆ ਬੇਨਤੀ ਆ ਉਹਨਾਂ ਥੱਲੇ ਆ ਕੇ ਨਾਮ ਦਿਓ ਜੀ। ਬਾਬਾ ਜੀ ਨਾਮ ਲਓ ਵੱਡ ਗਈ ਟਰਾਫੀਆਂ। ਉਧਰਲੇ ਬੰਨੇ ਦੋ ਟੀਮਾਂ ਦਾ ਸਮਾਂ ਪੂਰਾ ਹੋ ਗਿਆ, ਦੋਵੇਂ ਟੀਮਾਂ ਦਾ ਇੱਕ ਖਿਡਾਰੀ ਸਾਨੂੰ ਦੱਸ ਦੇਵੇ, ਨਹੀਂ ਦੋਵੇਂ ਟੀਮਾਂ ਅਸੀਂ ਕੱਢ ਦੇਣੀਆਂ। ਇਧਰਲੇ ਬੰਨੇ ਸਵਰਨਾ ਪਹਿਲਵਾਨ ਪੱਟੀ ਵਾਲਾ 5 ਕਿੰਦ ਵੀ ਮਨ ਦੀ ਜਿਹੜੀ ਬੋਰੀ ਚੁੱਕੂਗਾ, ਤੇ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜੀਆਂ। ਕਿਰਪਾ ਕਰਕੇ ਬਘੇਲਾ ਤੇ ਬੇਨਤੀ ਕੀਤੀ ਜਾਂਦੀ ਹੈ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ, ਤਲਵੰਡੀ ਭਾਈ ਤੇ ਬੋੜੇਵਾਲਾ ਜੀ।
ਹਾਂ ਜੀ ਬਸੰਤ ਸਿੰਘ ਕੈਨੇਡੀਅਨ ਅੰਤਰਰਾਸ਼ਟਰੀ ਲਾਲਾ ਜੀ ਸਾਡੇ ਗਰਾਊਂਡ ਵਿੱਚ ਪਹੁੰਚੇ ਅਸੀਂ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਲਾਲਾ ਜੀ ਵਾਸਤੇ ਤਾੜੀ ਮਾਰਦੇ ਹਾਂ ਜੀ ਬਹੁਤ ਸਾਲ ਖੇਡੇ ਸਾਡੇ ਇਸ ਗਰਾਊਂਡ ਤੇ ਹਾਂਜੀ ਬੁੱਟਾ ਜੀ ਦੇਖੋ ਉਧਰਲੇ ਬੰਨੇ ਦਰਸ਼ਕ ਵੀਰ ਵਾਰ ਵਾਰ ਕਹਿ ਰਹੇ ਯਾਰ ਗਰਾਊਂਡ ਵਿਹਲਾ ਤੁਸੀਂ ਬੁਲਾਉਂਦੇ ਜੀ ਟੀਮਾਂ ਜਲਦੀ ਨਾਲ ਦੋਵੇਂ ਟੀਮਾਂ ਪੁੱਜ ਜਾਣ ਇੱਧਰਲੇ ਬੰਨੇ ਕਬੱਡੀ ਦਾ ਮਹਾਨ ਖਿਡਾਰੀ ਇਸ ਏਰੀਏ ਦੀ ਕਬੱਡੀ ਦਾ ਥੰਮ ਹੈ ਲਾਲਾ ਤਲਵੰਡੀ ਜੀ ਉਹ ਵੀ ਸਾਡੇ ਦਰਮਿਆਨ ਲੋਕੀ ਕਹਿੰਦੇ ਵੀ ਮਾਂ ਨੇ ਪਿਤਾ ਨੇ ਨਾਮ ਰੱਖਿਆ ਲਾਲ ਸਿੰਘ ਤੇ ਕਬੱਡੀ ਦਾ ਲਾਲਾ ਬਣ ਦੁਨੀਆਂ ਵਿੱਚ ਧੰਨ ਧੰਨ ਕਰਵਾਈ ਹੈ ਆਪਾਂ ਧੰਨਵਾਦ ਕਰਾਂਗੇ ਇਸ ਮਹਾਨ ਖਿਡਾਰੀ ਦਾ ਸਾਰੇ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਹੈ ਉਧਰਲੇ ਬੰਨੇ ਪਹਿਲੇ ਜਿਹੜੇ ਮਾਲਵੇ ਵਿੱਚ ਮੋਟਰਸਾਈਕਲ ਦਿੱਤੇ ਗਏ ਮਹੀਆਂ ਵਾਲੇ ਦੇ ਕਬੱਡੀ ਕੱਪ ਤੇ ਦਿੱਤੇ ਗਏ ਆਹ ਖਿਡਾਰੀ ਤੇ ਉਧਰਲੇ ਬੰਨੇ ਲਕਸ਼ਮਣ ਢਾਲੀ ਇਹਨਾਂ ਨੂੰ ਜਿਹੜੇ ਮੋਟਰਸਾਈਕਲ ਦੇ ਕੇ ਮਹੀਆਂ ਵਾਲੇ ਦੇ ਕਬੱਡੀ ਕੱਪ ਤੇ ਮਾਨ ਸਨਮਾਨ ਦਿੱਤੇ ਜਦੋਂ ਮਾਲਵੇ ਵਿੱਚ ਕਿਰਤ ਪੈਂਦੀ ਹੈ ਮੋਟਰਸਾਈਕਲਾਂ ਦੀ ਤੇ ਮਹੀਆਂ ਵਾਲੇ ਦੇ ਕਬੱਡੀ ਕੱਪ ਤੋਂ ਇਹ ਜਿਹੜਾ ਕਹਿੰਦੇ ਵੀ ਸਮਾਂ ਉਧਰਲੇ ਬੰਨੇ ਮੋਟਰਸਾਈਕਲਾਂ ਦਾ ਚਾਲੂ ਹੋਇਆ ਪਹਿਲੇ ਜਿਹੜੇ ਫਰੀਡਮ ਮੋਟਰਸਾਈਕਲ ਦਿੱਤੇ ਗਏ ਇਸ ਖਿਡਾਰੀ ਨੂੰ ਦਿੱਤਾ ਗਿਆ ਮੋਟਰਸਾਈਕਲ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਲਾਲ ਦੇ ਲਈ ਸਾਡਾ ਵੀ ਕਬੱਡੀ ਦਾ ਲਾਲ ਲਾਲਾ ਤਲਵੰਡੀ ਔਰ ਮੈਂ ਬੇਨਤੀ ਕਰਦਾ ਵੀ ਬਘੇਲਾ ਤੇ ਫਤਿਹਗੜ੍ਹ ਸਾਹਿਬ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਓ ਸਾਨੂੰ ਮਜਬੂਰ ਹੋਣਾ ਪਊਗਾ ਕੱਟਣ ਤੇ ਆ ਬਈ ਬਸੰਤ ਸਿੰਘ ਕੈਨੇਡੀਅਨ ਪਿੰਡ ਹਰਾਜ ਤੋਂ 1000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਦਿੰਦੇ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਸੰਤ ਸਿੰਘ ਕੈਨੇਡੀਅਨ ਦਾ ਚਾਚਾ ਜੀ ਜਸਪਾਲ ਸਿੰਘ ਪ੍ਰਧਾਨ ਪਿੰਡ ਹਰਾਜ ਵੱਲੋਂ ਟੂਰਨਾਮੈਂਟ ਕਮੇਟੀ ਨੂੰ 1000 ਰੁਪਇਆ ਉਹਨਾਂ ਵੱਲੋਂ ਵੀ ਦਿੱਤਾ ਗਿਆ ਅਸੀਂ ਇਹਨਾਂ ਸਾਰੇ ਸੱਜਣਾਂ ਦਾ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਜੀ ਹੁਣ ਅਸੀਂ ਦੋਵੇਂ ਟੀਮਾਂ ਕੱਟਣ ਜਾ ਰਹੇ ਹਾਂ ਦਰਸ਼ਕੋ ਕੱਟ ਦਈਏ ਉਹ 10 ਮਿੰਟ ਮੰਗੇ ਯਾਰ ਆ ਗਏ ਬਹੁਤ ਦੂਰੋਂ ਟੀਮ ਆਈ ਹੈ 10 ਮਿੰਟ ਮੰਗੇ ਉਹ ਮੋਟੇ ਅਗਲੀਆਂ ਟੀਮਾਂ ਬੋਲੀ ਦਾ 10 ਮਿੰਟ ਆ ਗਏ ਜਿਹੜੀ ਆ ਗਈ ਸਿਰ 15 ਮਿੰਟ ਘੜੀ ਤੇ ਟਾਈਮ ਦੇਖ ਲਾ ਵਾਜੀ ਆਈ ਕਰਕੇ ਟੀਮ ਆਪਾਂ ਤਾਂ ਦੇਣੇ ਕਿ ਦੂਗਾ ਛਾਣ ਨਾਲ ਵਾਲੇ ਕੋਈ ਵਾਜਗਾਨ ਗਾ ਨਹੀਂ ਹੁਣ ਬਹੁਤ ਮਿਹਰਬਾਨੀ ਵਾਹ ਤਾੜੀਆਂ ਧੰਨਵਾਦ ਕੋਈ ਗੱਲ ਨੀ ਬੈਠੇ ਰਹੋ ਧੰਨੋ ਪੰਜਾਬੀ ਹੋ ਬੇਨਤੀ ਕਰਦਾ ਵੀ ਚੋਲੇ ਸਾਹਿਬ ਵਾਲੇ ਤੀਜਾ ਮੈਚ ਆ ਲੀੜੇ ਲਾ ਕੇ ਗਰਾਊਂਡ ਚ ਆ ਜਾਓ ਲੱਖਣ ਕੇ ਪੱਡੇ ਤੇ ਚੋਲਾ ਸਾਹਿਬ ਦੋਵੇਂ ਟੀਮਾਂ ਤਿਆਰ ਹੈ ਦੋਵੇਂ ਟੀਮਾਂ ਆ ਜਾਓ ਹੈਪੀ ਜਲਦੀ ਨਾਲ 5 ਮਿੰਟ ਤੋਂ 10 ਮਿੰਟ ਤੱਕ ਸਮਾਂ ਦੇ ਦਿੱਤਾ ਕਮੇਟੀ ਨੇ ਕਿਉਂਕਿ ਕਮੇਟੀ ਸਮਾਂ ਤਾਂ ਦੇ ਰਹੀ ਹੈ ਦਰਸ਼ਕੋ ਮੈਂ ਤੁਹਾਨੂੰ ਦੱਸ ਦੇਵਾਂ ਫਤਿਹਗੜ੍ਹ ਸਾਹਿਬ ਦਾ ਜਿਹੜਾ ਪੈਂਡ ਆ ਬਹੁਤ ਲੰਮਾ ਔਰ ਮੈਂ ਬੇਨਤੀ ਕਰਾਂਗਾ ਉਹ ਟੀਮਾਂ ਤੋਂ ਅਸੀਂ ਮਾਫੀ ਚਾਹਾਂਗੇ ਦਰਸ਼ਕ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਮੁੱਛ ਬਿਨਾ ਗੁੱਤ ਨਹੀਂ ਤੇ ਗੁੱਤ ਬਿਨਾ ਮੁੱਛ ਨਹੀਂ ਦੋ ਚੀਜ਼ਾਂ ਦਾ ਸੁਮੇਲ ਹੈ ਕਬੱਡੀ ਦਰਸ਼ਕ ਤੇ ਖਿਡਾਰੀ ਔਰ ਬੇਨਤੀ ਹੈ ਵੀ ਫਤਿਹਗੜ੍ਹ ਸਾਹਿਬ ਤੇ ਬਘੇਲੇ ਵਾਲਾ ਪਿੰਡ ਹੈ ਬਘੇਲੇ ਵਾਲੇ ਤੁਸੀਂ ਤਾਂ ਯਾਰ ਗੁਆਂਢ ਦੇ ਪਿੰਡ ਹੈ ਤੁਸੀਂ ਤਾਂ ਆ ਜਾਓ ਫਤਿਹਗੜ੍ਹ ਸਾਹਿਬ ਦਾ ਪੈਂਡਾ ਬਹੁਤ ਲੰਮਾ ਮੈਂ ਬੇਨਤੀ ਕਰਦਾ ਵੀ ਇੱਕ ਟੀਮ ਗਰਾਊਂਡ ਦੇ ਵਿੱਚ ਆਵੇ ਦਰਸ਼ਕ ਦਿਲਤਾ ਧਰਨ ਵੀ ਖਿਡਾਰੀ ਪੁੱਜ ਗਏ ਬੇਨਤੀ ਆ ਨਾਲ ਹੀ ਬੂੜੇ ਵਾਲਾ ਤੇ ਤਲਵੰਡੀ ਭਾਈ
ਚੋਲਾ ਸਾਹਿਬ ਤੇ ਲਖਣ ਕੇ ਪੱਡੇ। ਮੈਂ ਬੇਨਤੀ ਕਰਦਾ ਤੀਸਰਾ ਮੈਚ ਚੌਥਾ ਜਿਹੜਾ ਮੈਚ ਖੇਡਿਆ ਜਾਣਾ ਫਕਰ ਝੰਡਾ ਤੇ ਨਿਧਾਂ ਵਾਲੇ ਦਾ, ਪੰਜਵਾਂ ਮੈਚ ਲੁਹਾਮ ਤੇ ਜੋਗੇ ਵਾਲਾ, ਛੇਵਾਂ ਮੈਚ ਜਿਹੜਾ ਖੇਡਿਆ ਜਾਣਾ ਉਹ ਬਿਲਕੁਲ ਖੇਡ ਮੈਦਾਨ ਵਿੱਚ ਤੱਕਾਂਗੇ ਆਪਾਂ ਲੰਡੇ ਤੇ ਮਾਲਾ ਜੀ, ਔਰ ਸੱਤਵਾਂ ਮੈਚ ਜਲਾਲ ਤੇ ਚਾਂਦਾ, ਅੱਠਵਾਂ ਮੈਚ ਸੁਰ ਸਿੰਘ ਤੇ ਵਕੀਲਾਂ ਵਾਲਾ। ਟੀਮਾਂ ਸਾਡੇ ਕੋਲ ਹੋਰ ਵੀ ਐਂਟਰ ਹੋ ਰਹੀਆਂ, ਉਹਨਾਂ ਦੀਆਂ ਅਸੀਂ ਕੁਝ ਸਮੇਂ ਬਾਅਦ ਟਾਈਆਂ ਕੱਢਾਂਗੇ। 10 ਮਿੰਟ ਦਾ ਸਮਾਂ ਧੁੱਪ ਬਹੁਤ ਹੈ। ਸੱਜਣਾ ਵੇ ਸੱਜਣਾ ਵੇ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ, ਪਤਾ ਨੀ ਕੋਈ ਮੋਹ ਜਿਹਾ ਆਈ ਜਾਵੇ ਭਾਵੇਂ ਸਾਡੇ ਮੱਚ ਗਏ ਨੇ ਪੈਰ। ਮੈਨੂੰ ਪਤਾ ਵੀ ਗਰਮੀ ਬਹੁਤ ਲੱਗਦੀ ਹੈ, ਪਰ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜੀਆਂ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਅਸੀਂ ਖਤਮ ਕਰਾਂਗੇ। ਸਿਰਫ 10 ਮਿੰਟ ਦਾ ਸਮਾਂ ਦੇ ਦਿਓ ਪੰਜਾਬੀਓ, 10 ਮਿੰਟ ਦਾ ਸਮਾਂ। ਜਲਦੀ ਨਾਲ ਦੋਵੇਂ ਟੀਮਾਂ ਖੇਡੇ ਦਰਸ਼ਕਾਂ ਨਾਲ ਦੱਸੋ ਫਤਿਹਗੜ੍ਹ ਸਾਹਿਬ ਦੇ ਟੀਮ ਵਾਲੇ ਲੀੜੇ ਨਾਲ ਸਿਰ 10 ਮਿੰਟ ਲੱਗੇ, 10 ਮਿੰਟ ਤੋਂ 11 ਮਿੰਟ ਆਪਾਂ ਦੇਣਾ। ਰੁਕ ਜੋ ਤੁਹਾਨੂੰ ਪੰਜਾਬੀਆਂ ਦੀ ਜਿਹੜੀ ਕੌਮ ਹੈ ਹੌਸਲੇ ਵਾਲੀ ਕੌਮ ਹੈ, ਧੰਨਵਾਦ ਕਰਦੇ ਹਾਂ। ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ, ਵਿੱਚ ਮਾਛੀ ਡੁਗਰੇ ਤੇ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ। ਇੱਕ ਆ ਟੈਂਪੋ ਭਰ ਕੇ ਆਇਆ, ਇੱਕ ਫੋਰ ਵੀਲਰ ਭਰ ਕੇ ਆਏ ਹੈ, ਬੜੀ ਦੂਰ ਦੂਰ ਤੋਂ ਪੁੱਜੀਆਂ ਸੰਗਤਾਂ। ਰੱਬ ਮਿਹਰ ਕਰੇ ਨਾ ਪੰਜਾਬੀਆਂ ਉੱਪਰ, ਔਰ ਇਹ ਕੌਮ ਬੜੀ ਪਿਆਰੀ ਹੈ, ਕੌਮ ਨਿਰਾਲੀ ਕੌਮ ਹੈ ਪੰਜਾਬੀਆਂ ਦੀ, ਕਿ ਜਿੱਥੇ ਵੀ ਜਾਣ ਪੰਜਾਬੀ ਆਪਣਾ ਪੰਜਾਬ ਵਸਾਉਂਦੇ ਨੇ, ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਆਉਂਦੇ ਨੇ। ਜਿੱਦਾਂ ਮਹਿਕਣ ਫੁੱਲ ਗੁਲਾਬੀ ਯਾਰੋ ਦਿਲ ਆਪਣਾ ਪੰਜਾਬੀ, ਅਣਖਣਾ ਜਾਂਦੇ ਨੇ ਅਣਖਣਾ ਜਾਂਦੇ ਨੇ। ਔਰ ਕਬੱਡੀ ਦਾ ਦੂਸਰਾ ਜਿਹੜਾ ਪ੍ਰਾਈਜ਼ ਹੈ ਖੇਡ ਮੈਦਾਨ ਵਿੱਚ ਸਾਡੇ ਨਵਤੇਜ ਬਰਾੜ ਜੀ, ਸਾਡਾ ਵੀਰ ਸੁੱਖਾ ਜੀ, 54 ਕਿਲੋ ਭਾਰ ਦਾ ਇਹ ਪ੍ਰਾਈਜ਼ ਆ ਜਿਹੜਾ ਫੁਖਰਾਣੇ ਦੀ ਟੀਮ ਨੂੰ ਦਿੱਤਾ ਜਾ ਰਿਹਾ। ਆਪਾਂ ਇਸ ਟੀਮ ਦਾ ਵੀ ਧੰਨਵਾਦ ਕਰਾਂਗੇ। ਔਰ ਗੁਰਜੀਤ ਟੈਮ ਤੇਰੇ ਕੋਲ ਆ, ਗੁਰਜੀਤ ਜੀ ਟਾਈਮ ਤੁਹਾਡੇ ਕੋਲ ਲੱਗਾ, ਜਦੋਂ ਪੂਰਾ ਹੋ ਗਿਆ ਦੇਵ ਜਲਪੁਰੀ ਆ ਤੁਸੀਂ ਦੱਸ ਦੇਣਾ ਆ ਕਿਹੜੀ ਟੀਮ ਆ ਜੀ, ਦੱਸਿਓ। ਬਘੇਲਾ, ਸੁਰ ਸਿੰਘ, ਬਘੇਲੇ ਦੀ ਜੀ, ਬੂੜੇ ਵਾਲਾ ਜੀ, ਬੂੜੇ ਵਾਲਾ ਨਾ, ਬਹੁਤ ਮਿਹਰਬਾਨੀ। ਹਲੋ ਬੂਟੇ, ਇੱਕ ਤੁਹਾਡੇ ਗੱਲ ਕਰਿਆ ਤਾਂ ਦੱਸ ਦਿਓ ਟੀ ਸ਼ਰਟਾਂ ਬਾਹਰ ਲੈਣਗੀਆਂ, ਉੱਥੇ ਸਾਡੇ ਬੰਦੇ ਵੈਸੇ ਹੀ ਚੱਕ ਲੈਣਗੇ, ਬਾਹਰ ਹੀ ਹੋਣੀਆਂ, ਅੰਦਰ ਗਏ ਤੇ ਇੱਧਰ ਧਿਆਨ ਨਾ ਬੋਲੀ ਯਾਰ, ਬੂਟੇ ਫੇਰ ਹੱਥ ਮਲਾਈ ਇੱਧਰ ਮੇਰੇ ਨੂੰ ਲਿਆ ਕਰ, ਬੜੈਣ ਕਿਸੇ ਨੇ ਲਾ ਕੇ ਅੰਦਰ ਨਹੀਂ ਆਉਣਾ ਤੇ ਵੈਸੇ ਹੀ ਉੱਥੇ ਚੈੱਕ ਹੋਊਗੀ, ਗਰਾਊਂਡ ਕਿਸੇ ਨੀ ਵੈਸੇ ਹੀ ਚੈੱਕ ਨਹੀਂ ਹੋਣੇ ਤੇ ਪਾਣੀ ਵਾਲੇ ਬੋਲਣਾ ਭੋਗੋ ਯਾਰ, ਪਾਣੀ ਵਾਲਿਆਂ ਸਾਰੀਆਂ ਟੀਮਾਂ ਕਬੱਡੀ ਦੇ ਨਿਯਮ ਨੋਟ ਕਰ ਲੈਣ ਭਰਾਵੋ, ਇੱਥੇ ਖੇਡਣਾ ਵੀ ਬਹੁਤ ਔਖਾ ਤੇ ਬੋਲਣਾ ਵੀ ਬੜਾ ਔਖਾ, ਕਿਉਂਕਿ ਸਾਰੇ ਖਿਡਾਰੀਆਂ ਨੂੰ ਜਾਣਦੇ, ਕਈ ਵਾਰੀ ਸਾਡੇ ਦਿਮਾਗ ਤੋਂ ਖਿਡਾਰੀ ਨਿਕਲ ਜਾਂਦਾ, ਇਹ ਪੁੱਛਦੇ ਹੁੰਦੇ ਵੀ ਆਹ ਖਿਡਾਰੀ ਦਾ ਨਾਮ ਕੀ ਹੈ, ਮੇਰੇ ਵਰਗਾ ਬੁੱਢੜ ਜਾਂ ਫਸ ਜਾਂਦਾ ਮੁੜ ਕੇ ਪਤਾ ਨਹੀਂ ਲੱਗਦਾ, ਬੰਸੇ ਮਾਫੀ ਚਾਹਾਂਗੇ ਭਰਾ ਜੀ। ਕਬੱਡੀ ਦੇ ਨਿਯਮ ਟੀਮਾਂ ਨੋਟ ਕਰ ਲੈਣ, 35 ਪੂਰਨੇ ਪੜ੍ਹਨੇ ਪੈਂਦੇ ਆ ਫਿਰ ਕਬੱਡੀ ਓਲੰਪਿਕ ਵਿੱਚ ਜਾਂਦੀ ਹੈ, ਅੱਜ ਉਹ 35 ਦੇ 35 ਜਿਹੜੇ ਪੂਰਨੇ
ਇੱਥੇ ਪੜ੍ਹਾਏ ਜਾਣੇ ਆ, ਟੀਮਾਂ ਨੋਟ ਕਰ ਲੈਣ ਕਿਉਂਕਿ ਖਿਡਾਰੀ ਸੀਨੀਅਰ ਪੁੱਜਣੇ ਆ, ਉਹਨਾਂ ਨੂੰ ਕਬੱਡੀ ਦੇ ਨਿਯਮਾਂ ਦਾ ਪਤਾ। ਕੋਈ ਵੀ ਖਿਡਾਰੀ ਟੀ ਸ਼ਰਟ ਪਾ ਕੇ ਗਰਾਊਂਡ ਵਿੱਚ ਨਹੀਂ ਪੁੱਜੇਗਾ, ਨਾ ਹੀ ਕੋਈ ਚਕਰਾਈ ਵਾਲੀ ਚੀਜ਼ ਲਾਵੇਗਾ। ਜਿਹੜੀਆਂ ਟੀ ਸ਼ਰਟਾਂ ਤੁਸੀਂ ਵੇਟਿੰਗ ਬਾਅਦ ਵਿੱਚ ਉਤਾਰਨੀਆਂ, ਸਾਹਮਣੇ ਸਟੇਜ ਤੇ ਵੇਟਿੰਗ ਬਸ ਬਣਿਆ ਜਿੱਥੇ ਸਾਡੀ ਸਿਕਿਉਰਿਟੀ ਖੜੀ ਹੈ, ਤੇ ਵੇਟਿੰਗ ਬੋਰਡ ਵਿੱਚ ਜਿਹੜਾ ਕੋਈ ਵੀ ਖੇਡ ਪ੍ਰੇਮੀ ਨਹੀਂ ਹੋਵੇਗਾ, ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਭਰਾ ਜੀ ਤੁਸੀਂ ਪਾਸੇ ਬੈਠਣਾ, ਤੇ ਜਲਦੀ ਨਾਲ ਬਘੇਲਾ ਤੇ ਫਤਿਹਗੜ੍ਹ ਸਾਹਿਬ ਟੀਮਾਂ ਗਰਾਊਂਡ ਵਿੱਚ ਪੁੱਜਣ, ਕਿਉਂਕਿ ਉਹਨਾਂ ਦਾ ਸਮਾਂ ਖਤਮ ਹੋਣ ਜਾ ਰਿਹਾ ਤੇ ਕੁਝ ਮਿੰਟਾਂ ਤੋਂ ਬਾਅਦ ਦੋਵੇਂ ਜਿਹੜੀਆਂ ਕੱਟ ਟੀਮਾਂ ਤਲਵੰਡੀ ਭਾਈ ਤੇ ਬੋਰਡ ਉਹਨਾਂ ਨੂੰ ਸਦਾ ਦੇਵਾਂਗੇ, ਉਹ ਟੀਮਾਂ ਜਿਹੜੀਆਂ ਤਿਆਰ ਰਹਿਣ। ਚੋਲਾ ਸਾਹਿਬ ਲੱਖਣ ਕੇ ਪੱਡੇ, ਲੱਖਣ ਕਾ ਪੱਡਾ, ਦੋਵੇਂ ਟੀਮਾਂ ਨੋਟ ਕਰ ਲੈਣ ਜੀ। ਤੀਸਰੇ ਮੈਚ ਦੀਆਂ ਲਓ ਜੀ, ਜ਼ੋਰਦਾਰ ਤਾੜੀਆਂ ਮਾਰ ਦਿਓ, ਟੀਮ ਇੱਕ ਖੇਡ ਮੈਦਾਨ ਦੇ ਵਿੱਚ ਤਾੜਾ ਠੋਕ ਦਿਓ ਪੰਜਾਬੀਓ। ਇੰਤਜ਼ਾਰ ਦੀਆਂ ਘੜੀਆਂ ਖਤਮ ਹੈ, ਆਰ ਕਬੱਡੀ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ ਗਰਾਊਂਡ ਦੇ ਵਿੱਚ। ਲਓ ਜੀ ਫਤਿਹਗੜ੍ਹ ਸਾਹਿਬ ਪਹਿਲਾ ਮੈਚ ਹੈ ਭਰਾਵਾ ਤੁਹਾਡਾ, ਪਹਿਲਾ ਮੈਚ ਹੈ ਭਰਾ ਜੀ ਫਤਿਹਗੜ੍ਹ ਸਾਹਿਬ, ਨਹੀਂ ਭਰਾ ਜੀ ਪਹਿਲਾ ਮੈਚ ਹੈ, ਨਹੀਂ ਵੀਰ ਜੀ ਤਕਰੀਬਨ ਜਿਹੜੀ ਮੇਰੇ ਕੋਲ ਲਿਸਟ ਪੁੱਜੀ ਹੈ ਮੈਂ ਉਸੇ ਅਨੁਸਾਰ ਚੱਲਣਾ। ਜਲਦੀ ਨਾਲ ਬਘੇਲੇ ਦੀ ਟੀਮ ਆਓ, ਮੁੰਡੇ ਓਪਨ ਵਾਲੇ ਆ ਦੇਖ ਲਓ, ਜਲਦੀ ਨਾਲ ਜਿਹੜੀ ਟੀਮ ਬਘੇਲੇ ਵਾਲੇ ਦੀ, ਫਤਿਹਗੜ੍ਹ ਸਾਹਿਬ ਪੁੱਜ ਗਿਆ ਸਾਡੇ ਕੋਲੇ, ਤੇ ਜਲਦੀ ਨਾਲ ਜਿਹੜੀ ਟੀਮ ਜਲਦੀ ਦਾ ਫਤਿਹਗੜ੍ਹ ਸਾਹਿਬ ਦੀ ਟੀਮ ਦੇ ਰਹਿੰਦੇ ਪਲੇਅਰ ਵੀ ਗਰਾਊਂਡ ਦੇ ਵਿੱਚ ਆਉਣ। ਬਘੇਲੇ ਵਾਲੇ ਹੁਣ ਮਾੜੀ ਮੋਟੀ ਸ਼ਰਮ ਖਾ ਲਓ, ਕਿਉਂਕਿ ਆਏ ਹੋ ਬੜੀ ਮਿਹਰਬਾਨੀ। ਮੈਂ ਆਪਣਾ ਨਾ ਜਿਹੜੀਆਂ ਟੀਮਾਂ ਖੇਡਣਗੇ ਉਹ ਅੰਦਰ ਆਉਣਗੀਆਂ, ਕੋਈ ਕਮੇਟੀ ਮੈਂਬਰ ਨਹੀਂ ਅੰਦਰ ਜਾਊਗਾ, ਸਿਰਫ ਪਾਣੀ ਪਾਉਣ ਉਹ ਬਾਹਰ ਬੋਤਲਾਂ 'ਚ, ਤੇ ਜਿਹੜੀਆਂ ਟੀਮਾਂ ਖੇਡਣੀਆਂ ਉਹ ਗਰਾਊਂਡ 'ਤੇ ਦੂਜੀਆਂ ਐਂਟਰੀ ਕਰੋ, ਆਉਂਟਰ 'ਚ ਪਹਿਲਾਂ ਆਉਣ ਲੱਗ ਗਈਆਂ ਟੀਮਾਂ। ਮਿਹਰਬਾਨੀ ਜੀ, ਉੱਥੇ ਤੱਕ ਗਰਾਊਂਡ ਕਹਿ ਦੇਣ ਬਘੇਲੇ ਵਾਲੇ, ਉਹ ਆਪਣੇ ਵੀ ਖਿਡਾਰੀ ਰਹਿੰਦੇ ਹਜੇ। ਆ ਜਾਓ ਜੀ ਜਲਦੀ, ਟੀਮ ਫਤਿਹਗੜ੍ਹ ਸਾਹਿਬ ਦੀ ਜਿਹੜੀ ਟੀਮ ਪੁੱਜ ਗਈ ਹੈ, ਮੈਨੂੰ ਯਾਰ ਪਿੰਡ ਦੱਸ ਦਿਓ ਫਤਿਹਗੜ੍ਹ ਸਾਹਿਬ ਵਾਲਿਓ ਵੀ ਕਿਹੜਾ ਤੁਹਾਡਾ, ਜਾਂ ਕੋਈ ਖਿਡਾਰੀ ਆ ਗਿਆ ਮੈਂ ਦੱਸਾਂਗਾ। ਨਾਨੋਵਾਲ ਕਲਾ, ਬਹੁਤ ਮਿਹਰਬਾਨੀ, ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੈਂਦਾ ਨਾਨੋਵਾਲ ਪਿੰਡ, ਔਰ ਬਹੁਤ ਹੀ ਤਕੜਾ ਮੈਚ ਕਬੱਡੀ ਦਾ ਇਸ ਖੇਡ ਮੈਦਾਨ ਵਿੱਚ ਆਪਾਂ ਤੱਕਾਂਗੇ। ਔਰ ਬਘੇਲੇ ਵਾਲੇ ਦੇ ਰਹਿੰਦੇ ਪਲੇਅਰ ਗਰਾਊਂਡ ਦੇ ਵਿੱਚ ਪੁੱਜੋ, ਹਾਂਜੀ ਸਾਹਿਬ ਸਰਦਾਰ ਬਲਵੰਤ ਸਿੰਘ ਜੀ, ਬਿਜਲੀ ਬੋਰਡ ਕਾਲਜੇ ਵਾਲਾ ਟੂਰਨਾਮੈਂਟ ਕਮੇਟੀ ਦੀ 200 ਰੁਪਇਆ ਮੈਂ ਉਸ ਦਾ ਕਰਦੇ ਟੂਰਨਾਮੈਂਟ ਕਮੇਟੀ ਬਹੁਤ ਲਿਖ ਲਿਆ, ਲੋਕ ਨੋਟ ਕਰ ਲਿਆ ਤੇ ਉਹਨਾਂ ਦਾ 2000 ਕਰ ਲਿਆ। ਹੈਲੋ ਉਹ ਗੈਲਰੀ ਵੀ ਆਓ ਬਾਈ, ਗੈਲਰੀ ਤਾਂ ਉਹ ਤੁਸੀਂ ਉੱਥੇ ਜਾ ਕੇ ਕਰਨੀ ਆ, ਬੂਟਿਆਂ ਨੂੰ ਭੇਜ ਯਾਰ ਇਹਨਾਂ ਨੂੰ, ਉਹ ਜਾ ਯਾਰ ਉਹ ਸਕਿਉਰਟੀ ਗਾਰਡ ਕੋਲ
ਬੱਬੂ ਆਹਲੀ ਸਕਿਉਰਟੀ ਸਾਡਾ ਕੋਲ ਤਾਲੀਆਂ ਨਾ ਲਾਓ ਜੀ ਲਾਓ ਕੋਈ ਚੀਜ਼ ਫੜਾਓ ਤਾਲੀਆਂ ਭਰਾ ਜੀ ਉਧਰਲੇ ਬੰਨੇ ਬੈਸ ਨਹੀਂ ਲਾ ਕੇ ਚੁੱਕ ਕਰਨੀ ਹੈ ਤਾਂ ਬੇਟ ਇੱਧਰ ਕਰਨਾ ਬੱਬੂ ਕਰਨਾ ਉੱਥੇ ਇਹ ਕਮਾਲ ਕਰੀ ਜਾਂਦੇ ਯਾਰ ਬਹੁਤ ਮਿਹਰਬਾਨੀ ਤੁਹਾਨੂੰ ਅਸੀਂ ਸਤਿਕਾਰ ਤੇ ਪਿਆਰ ਨਾਲ ਬੇਨਤੀ ਕਰਦੇ ਹਾਂ ਨਿੰਦੇ ਬਾਕੀ ਪਲੇਅਰ ਏਜੰਟ ਕਿੱਥੇ ਆ ਆਉਂਦੇ ਆ ਬੁਲਾ ਲਓ ਯਾਰ ਕਿਰਪਾ ਕਰਕੇ ਜਲਦੀ ਨਾਲ ਫਤਿਹਗੜ੍ਹ ਸਾਹਿਬ ਤੇ ਬਘੇਲੇ ਦੇ ਯਾਰ ਪਲੇਅਰ ਕਿਉਂ ਨਹੀਂ ਪਹੁੰਚਦੇ ਫਤਿਹਗੜ੍ਹ ਤਾਂ ਚਲੋ ਦੂਰੋਂ ਆਈ ਮੰਨ ਲਿਆ ਵੀ ਟਾਈਮ ਲੱਗ ਗਿਆ ਤਾਂ ਬਘੇਲੇ ਦੇ ਨਾਰੇ ਹੋਰੀ ਗੁਰਵਿੰਦਰ ਹੋਰੀ ਮੇਰੀ ਬੇਨਤੀ ਆ ਭਰਾਵਾਂ ਨੂੰ ਵੀ ਗਰਾਊਂਡ ਦੇ ਵਿੱਚ ਆ ਜਾਓ ਜਲਦੀ ਨਾਲ ਤਲਵੰਡੀ ਭਾਈ ਤੇ ਬੋੜੇ ਵਾਲਾ ਬੇਟ ਬਾਅਦ ਵਿੱਚ ਪੁੱਜੇ ਜੀ ਚੋਲਾ ਸਾਹਿਬ ਲਖਣ ਕੇ ਪੱਡੇ ਜੀ ਇਹ ਵੀ ਟੀਮਾਂ ਤੀਸਰੇ ਮਾਈ ਦੀਆਂ ਤਿਆਰ ਰਹਿਣ ਬਿਲਕੁਲ ਜਲਦੀ ਨਾ ਪਹੁੰਚੋ ਜੀ ਫਤਿਹਗੜ੍ਹ ਸਾਹਿਬ ਤੇ ਬਘੇਲੇ ਦੇ ਰਹਿੰਦੇ ਖਿਡਾਰੀ ਜਿਹੜੀ ਵੈਸਲੀਨ ਤੇ ਟੀ ਸ਼ਰਟਾਂ ਵਗੈਰਾ ਉਹ ਚਿੱਕ ਹੋਣ ਗਈਆਂ ਜੀ ਬਿਲਕੁਲ ਵੇਟ ਕਲਾਸ ਦੇ ਵਿੱਚ ਲਾਲ ਸਿੰਘ ਜੀ ਬਰਾੜ ਸਾਹਿਬ